ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਧਨ ਸਿਰ ਚਰਨਨ ਪਰਤ ਹੋਵੈ ਸਿਵਤ ਕਸਾਮੰਦੀ ਨੂਰ ਅਰਸੋਂ ਕੁਰਸੋਂ ਉਦਰਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਉਦਰਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਨਿਤ ਪ੍ਰਤ ਬੈਠ ਹੈ ਸਿੰਘ ਢਿੱਗ ਰਹਿਣੀ ਰਹਿਤ ਬਿਤਾਏ ਭਗਤ ਗਿਆਨ ਕੀ ਵਾਰਤਾ ਸੁਣਹ ਸਦਾ ਚਿਤ ਲਾਏ ਦੋਹਰਾ ਨਿਤ ਪ੍ਰਤ ਬੈਠ ਹੈ ਸਿੰਘ ਢਿੱਗ ਰਹਿਣੀ ਰਹਿਤ ਬਿਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸਤਸੰਗਤ ਰੂਪ ਦੇ ਅੰਦਰ ਸੁਸ਼ੋਭਿਤ ਹੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਜਿੱਥੇ ਮਨੁੱਖਾ ਸਰੀਰ 84 ਲੱਖ ਜੋਨ ਵਿੱਚ ਥੱਕੇ ਤੌਲੇ ਖਾਂਦਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਮਨੁੱਖਾ ਸਰੀਰ ਦੀ ਪ੍ਰਾਪਤੀ ਹੋਈ ਹੈ ਉੱਥੇ ਸਤਸੰਗਤ ਦੇ ਵਿੱਚ ਪਹੁੰਚਣ ਦਾ ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਇਤਿਹਾਸ ਦਾ ਲਾਹਾ ਪ੍ਰਾਪਤ ਕਰਨ ਦਾ ਸਮਾਂ ਵੀ ਜਿਸ ਵਾਹਿਗੁਰੂ ਨੇ ਮਨੁੱਖਾ ਸਰੀਰ ਬਖਸ਼ਿਆ ਹੈ
ਇਹ ਸ਼ੁੱਧ ਵਾਤਾਵਰਣ ਵੀ ਉਸ ਗੁਰੂ ਪਰਮੇਸ਼ਰ ਨੇ ਬਖਸ਼ਿਆ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਬੜੀ ਵਿਸ਼ੇਸ਼ ਕਰਕੇ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਪਾਵਨ ਕਥਾ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਬੜੀ ਇੱਕ ਅਹਿਮ ਕਥਾ, ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਰਤਾਰਾ ਵਰਤ ਰਿਹਾ ਸੀ, ਉਹ ਬੜੀ 10 ਅਧਿਆ ਇਸ ਕਥਾ ਦੇ ਐਸੇ ਹਨ, ਨਿਰੋਲ ਹੀ ਬ੍ਰਹਮ ਗਿਆਨ, ਨਿਰੋਲ ਹੀ ਆਤਮ ਗਿਆਨ, ਔਰ ਇਸ ਗਿਆਨ ਦਾ ਭੰਡਾਰ, ਇਹ 10 ਅਧਿਆ ਹਨ। ਇਹਨਾਂ ਅਧਿਆਵਾਂ ਦੀ ਕਥਾ ਕਲਗੀਧਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ। ਟਕਸਾਲ ਦੇ ਗਿਆਨੀ ਸਿੰਘ ਸਾਹਿਬਾਨ, ਟਕਸਾਲ ਦੇ ਬੜੇ ਬੜੇ ਮਹਾਂਪੁਰਸ਼, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆ ਮਾਰਤੰਡ ਮਹਾਂਪੁਰਸ਼, ਉਹਨਾਂ ਦੇ ਅਨੇਕਾਂ ਪੜ੍ਹਾਏ ਹੋਏ ਜਿਹੜੇ ਵਿਦਿਆਰਥੀ ਹਨ, ਤੇ ਉਹ ਬੜੇ ਚਾਅ ਦੇ ਨਾਲ ਅਜਿਹੀ ਕਠਿਨ ਕਥਾ ਜਿਹੜੀ ਹੈ ਉਹ ਕਰਨ ਵਿੱਚ ਮਾਣ ਮਹਿਸੂਸ ਕਰਦੇ। ਜਦੋਂ ਕਿ ਅਣਜਾਣ ਜਿਹੜੇ ਕਿਸੇ ਕੋਲੋਂ ਨਹੀਂ ਸਿੱਖੇ ਹੋਏ ਜਾਂ ਕਥਾ ਦੀ ਮਿਹਨਤ ਨਹੀਂ ਹੈ, ਉਹ ਇਤਿਹਾਸ ਵਿੱਚ ਇਹ 10 ਅਧਿਆ ਛੱਡ ਕੇ ਕਥਾ ਕਰਦੇ, ਜਦੋਂ ਕਿ ਬਹੁਤ ਵੱਡਾ ਖਜ਼ਾਨਾ ਇਹਨਾਂ 10 ਅਧਿਆਵਾਂ ਦੇ ਵਿੱਚ ਹੀ ਹੈ। ਇਹ ਬਾਤ ਵੱਖਰੀ ਹੈ ਵੀ ਕੋਈ ਲੰਮੀਆਂ ਸਾਖੀਆਂ ਜਾਂ ਹੋਰ ਇਤਿਹਾਸ ਵਰਗਾ ਉਸ ਤਰ੍ਹਾਂ ਦਾ ਰਸ ਸਰੋਤੇ ਨੂੰ ਮਹਿਸੂਸ ਨਹੀਂ ਹੁੰਦਾ, ਪਰ ਜਾਣਕਾਰੀ ਦੇ ਪੱਖ ਤੋਂ, ਕਿਉਂਕਿ ਵਿਸ਼ੇਸ਼ ਕਰਕੇ ਜਿੱਥੋਂ ਕਥਾ ਆਰੰਭ ਹੋਏਗੀ ਉਹਦੇ ਕੁਝ ਕਥਾ ਦੇ ਬੋਲਾਂ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੂੰ ਖਾਲਸੇ ਨੇ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ, ਜਿੱਥੇ ਆਪ ਹੋਰ ਇਤਨੀ ਮਹਾਨ ਕਿਰਪਾ ਕਰਦੇ ਹੋ ਉੱਥੇ ਕਿਰਪਾ ਕਰਕੇ ਦੱਸੋ ਵੀ ਕਰਮ ਕੀ ਚੀਜ਼ ਹੈ, ਕਰਮ ਕਿਤਨੇ ਪ੍ਰਕਾਰ ਦਾ ਹੈ, ਜਿਨ੍ਹਾਂ ਕਰਮਾਂ ਕਰਕੇ ਨਰਕ ਸਵਰਗ ਦੀ ਪ੍ਰਾਪਤੀ ਹੁੰਦੀ ਹੈ, ਦੁੱਖ ਸੁੱਖ ਮਿਲਦਾ ਹੈ, ਇਹ ਕਰਮ ਪੈਦਾ ਕਿਵੇਂ ਹੁੰਦਾ ਹੈ, ਸੰਸਾਰ ਦੇ ਅੰਦਰ ਮਿਲਣਾ ਤੇ ਵਿਛੜਨਾ ਇਹ ਵੀ ਕਰਮ ਦੇ ਅਧੀਨ ਹੈ, ਸਾਰੇ ਸੰਬੰਧੀਆਂ ਦਾ ਦੁੱਖ ਅਰ ਸੁੱਖ ਸੰਬੰਧੀਆਂ ਤੋਂ, ਮਿੱਤਰਾਂ ਦੋਸਤਾਂ ਤੋਂ, ਗੁਆਂਢੀਆਂ ਤੋਂ, ਸੰਸਾਰ ਦੇ ਮਨੁੱਖਾਂ ਤੋਂ, ਜਿਸ ਦੇਹ ਦੇ ਕੋਲੋਂ ਵੀ ਸਾਨੂੰ ਸੁੱਖ ਜਾਂ ਦੁੱਖ ਪ੍ਰਾਪਤ ਹੁੰਦਾ ਹੈ, ਇਹਦੇ ਪਿੱਛੇ ਸਾਧ ਸੰਗਤ ਜੀ ਬਹੁਤ ਵੱਡੀ ਕਰਮ ਦੀ ਹੀ ਗਾਥਾ ਹੈ। ਇਹ ਸਾਰੀ ਵਿਚਾਰ ਇਸ ਅਧਿਆ ਦੇ ਵਿੱਚ ਸ਼ੁਰੂ ਹੋਏਗੀ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਦੀਵਾਨ ਸਜਿਆ ਹੋਇਆ ਹੈ, ਉਹ ਸਜੇ ਦੀਵਾਨ ਦੇ ਅੰਦਰ ਨਿਤ ਪ੍ਰਤੀ ਸਿੰਘ ਬੈਠਦੇ ਹੈ। ਕਿਤਨਾ ਸੁਹਾਵਣਾ ਸਮਾਂ, ਕਿਹੋ ਜਿਹਾ ਸਮਾਂ ਸੀ, ਕਿੰਨੇ ਪੁੰਨ ਕਰਮ ਉਹਨਾਂ ਗੁਰੂ ਕੇ ਪਿਆਰਿਆਂ ਦੇ ਸਨ ਜਿਨ੍ਹਾਂ ਨੂੰ ਉਸ ਵੇਲੇ ਇਹ ਮਨੁੱਖਾ ਸਰੀਰ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ ਕਿ ਜਿਸ ਵੇਲੇ ਗੁਰੂ ਨਾਨਕ ਦਾ 10ਵਾਂ ਸਰੂਪ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਬੈਠੇ ਸਨ। ਸੋ ਸੱਚੇ ਪਾਤਸ਼ਾਹ ਦਾ ਜੀਵਨ ਹਰ ਪੱਖ ਵਿੱਚ ਮੁਕੰਮਲ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਤੇ ਨਿਤ ਪ੍ਰਤੀ ਸਤਿਗੁਰੂ ਜੀ ਦਰਬਾਰ ਵਿੱਚ ਬੈਠਦੇ ਹੈ, ਸਿੰਘ ਬੈਠਦੇ ਹਨ। ਜੋ ਗਾਥਾ ਅੱਗੇ ਆ ਰਹੀ ਹੈ ਸੁਣਨਾ ਕਰੋ ਜੀ। ਦੋਹਰਾ ਨਿਤ ਪ੍ਰਤ ਬੈਠੇ ਸਿੰਘ ਢਿਗ ਰਹਿਣੀ ਰਹਿਤ ਬਿਤਾਏ। ਨਿਤ ਪ੍ਰਤੀ ਹਰ ਰੋਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਢਿੱਗ ਕਹੀਏ ਨੇੜੇ ਦਰਬਾਰ ਦੇ ਵਿੱਚ ਗੁਰੂ ਕੇ ਪਿਆਰੇ ਸਿੰਘ ਬੈਠਦੇ ਨੇ, ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਰਹਿਣੀ ਰਹਿਤ ਬਤਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਰਹਿਤ ਦੱਸਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ ਦੀ ਪਾਠ ਪੜਾਉਂਦੇ ਐ, ਕਿਉਂਕਿ ਸਤਿਗੁਰਾਂ ਨੂੰ ਰਹਿਤ ਬੜੀ ਪਿਆਰੀ ਹੈ। ਸਤਿਗੁਰਾਂ ਨੇ ਇੱਥੋਂ ਤੱਕ ਕਹਿ ਦਿੱਤਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਜਿਹੜਾ ਰਹਿਤ ਵਿੱਚ ਪੱਕਾ ਹੈ ਉਹੀ ਮੇਰਾ ਸਿੱਖ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਲਾ। ਔਰ ਹੋਰ ਵੀ ਵਚਨ ਕੀਤੇ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਤ ਤੋਂ ਬਿਨਾ ਤੇ ਉਹ ਸਿੱਖ ਹੀ ਨਹੀਂ ਹੈ। ਮਹਾਰਾਜ ਕਹਿੰਦੇ ਮਨਮੁਖ ਨੇ ਵੀ ਜਮਾਂ ਦੀਆਂ ਚੋਟਾਂ ਖਾਣੀਆਂ, ਜਿਹੜਾ ਰਹਿਤ ਨਹੀਂ ਰੱਖਦਾ ਸਿੱਖ ਹੋ ਕੇ, ਮਹਾਰਾਜ ਕਹਿੰਦੇ ਚੋਟਾਂ ਉਹਨੂੰ ਵੀ ਪੈਣੀ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਤੋਂ ਬਿਨਾ ਤਾਂ ਸਿੱਖ ਹੀ ਨਹੀਂ ਹੈ, ਸਿੱਖ ਕਹਾਉਣ ਦੇ ਯੋਗ ਹੀ ਨਹੀਂ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਉਹੀ ਸਿਧਾਂਤ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ, ਰਹਿਤ ਰਹਿਤ ਰਹਿ ਜਾਏ ਵਿਕਾਰਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਇਹਦਾ ਅੰਤਰੀਵ ਅਰਥ ਵਿੱਚ ਇਹ ਵੀ ਕੀਤਾ, ਰਹਿਤ ਨੂੰ ਰੱਖਦਿਆਂ ਰੱਖਦਿਆਂ ਵਿਕਾਰਾਂ ਵੱਲੋਂ ਰਹਿ ਜਾਈਦਾ, ਐਸਾ ਅਰਥ ਕੀਤਾ ਮਹਾਂਪੁਰਖਾਂ ਨੇ। ਸੋ ਸਤਿਗੁਰੂ ਮਹਾਰਾਜ ਸਾਹਿਬ ਨਿਤ ਪ੍ਰਤ ਬੈਠੇ ਹੈ, ਸਿੰਘ ਢਿੱਗ ਰਹਿਣੀ ਰਹਿਤ ਬਤਾਏ। ਸਤਿਗੁਰੂ ਉਹਨਾਂ ਨੂੰ ਰਹਿਤ ਦੱਸਦੇ ਹਨ। ਭਗਤ ਗਿਆਨ ਕੀ ਵਾਰਤਾ ਸੁਣਹਿ ਸਦਾ ਚਿਤ ਇਹ ਲਾਏ। ਸਰੋਤੇ ਜਨ ਕਲਗੀ ਵਾਲੇ ਸਤਿਗੁਰੂ ਦੇ ਕੋਲੋਂ ਭਗਤੀ ਦੀਆਂ ਗੱਲਾਂ, ਪ੍ਰੇਮਾ ਭਗਤੀ ਸਿੱਖਦੇ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮਾ ਭਗਤੀ ਪ੍ਰਮਾਣਿਕ ਹੈ। ਕੇਵਲ ਭਗਤੀ ਕਰਨੀ ਅਲੱਗ ਬਾਤ ਹੈ, ਪ੍ਰੇਮ ਦੇ ਸਹਿਤ ਭਗਤੀ ਕਰਨੀ, ਉਹਨੂੰ ਪ੍ਰੇਮਾ ਭਗਤੀ ਭਾਵ ਭਗਤੀ ਕਹਿੰਦੇ, ਉਹ ਪ੍ਰਮਾਣਿਕ ਹੈ। ਭਗਤ ਗਿਆਨ ਜਿਹੜਾ ਬ੍ਰਹਮ ਗਿਆਨ ਹੈ, ਅਪਰੋਕਸ਼ ਬ੍ਰਹਮ ਗਿਆਨ ਹੈ, ਪਰੋਕਸ਼ ਬ੍ਰਹਮ ਗਿਆਨ ਹੈ। ਦੋ ਪ੍ਰਕਾਰ ਦਾ ਬ੍ਰਹਮ ਗਿਆਨ ਹੁੰਦਾ ਹੈ, ਆਪਣੇ ਆਪੇ ਦਾ ਜਿਹੜਾ ਗਿਆਨ ਹੈ। ਭਗਤ ਗਿਆਨ ਕੀ ਵਾਰਤਾ, ਕਿਤੇ ਭਗਤੀ ਦੀਆਂ ਵਾਰਤਾ। ਕਲਗੀ ਵਾਲੇ ਸਤਿਗੁਰੂ ਆਪਣੀ ਰਸਨਾ ਤੋਂ ਭਗਤੀ ਕਰਨ ਦਾ ਢੰਗ ਦੱਸਦੇ ਆ, ਭਗਤੀ ਕਿਵੇਂ ਕਰੀਦੀ ਹੈ। ਕਿਤੇ ਆਤਮਿਕ ਗਿਆਨ ਦੀ ਬਖਸ਼ਿਸ਼ ਕਰਦੇ ਨੇ, ਆਤਮ ਰਸ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਨਾ ਭੇਵ। ਕਿਤੇ ਇਹ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੋ ਇਸ ਪ੍ਰਕਾਰ ਦਾ ਵਾਤਾਵਰਣ ਬੜਾ ਸਵੱਛ ਬਣਿਆ ਹੋਇਆ ਹੈ। ਸੋ ਬਈ ਸਭ ਸਿੱਖਣ ਬੁਝੇ ਕਰ ਜੋਰ। ਹੁਣ ਇੱਥੋਂ ਕਰਮ ਕਥਾ ਦੀ ਆਰੰਭਤਾ ਹੋਣ ਲੱਗੀ ਹੈ। ਸਾਰਿਆਂ ਸਿੰਘਾਂ ਨੇ ਮਿਲ ਕਰਕੇ
ਗੁਰਮਤਾ ਕਰਕੇ ਕਿ ਕਲਗੀ ਵਾਲੇ ਸਤਿਗੁਰੂ ਜੀ ਨੂੰ ਅੱਜ ਅਸੀਂ ਕਰਮ ਬਾਰੇ ਪੁੱਛਣਾ ਹੈ। ਇਹ ਪਹਿਲਾਂ ਗੁਰਮਤਾ ਸਿੰਘਾਂ ਨੇ ਕੀਤਾ ਹੋਇਆ, ਆਪਸ ਵਿੱਚ ਵਿਚਾਰ ਕੀਤੀ ਹੈ ਤੇ ਉਸ ਵਿਚਾਰ ਦੇ ਅਨੁਸਾਰ ਹੱਥ ਜੋੜ ਕਰਕੇ ਸਭ ਸਿੰਘਨ ਬੂਝੇ ਕਰ ਜੋਰ, ਦੋਵੇਂ ਹੱਥ ਜੋੜ ਕਰਕੇ ਹੇ ਕਲਗੀ ਵਾਲੇ ਸਤਿਗੁਰੂ ਜੀ, ਜਿੱਥੇ ਆਪ ਇਤਨੀ ਬਖਸ਼ਿਸ਼ ਕਰਦੇ ਹੋ, ਹਰ ਰੋਜ਼ ਸਾਨੂੰ ਭਗਤੀ ਔਰ ਗਿਆਨ ਦੀਆਂ ਗੱਲਾਂ ਸੁਣਾਉਂਦੇ ਹੋ, ਉੱਥੇ ਮਹਾਰਾਜ ਅੱਜ ਇਹ ਕਿਰਪਾ ਕਰੋ। ਪ੍ਰਾਣੀ ਕਰਮ ਬੰਧ ਪਰ ਇਹ ਘੋਰ। ਜਿਹੜੇ ਪ੍ਰਾਣੀ ਭਿਆਨਕ ਕਰਮਾਂ ਦੇ ਬੰਧਨ ਦੇ ਵਿੱਚ ਪਏ ਹੋਏ ਹੈ, ਘੋਰ ਭਿਆਨਕ ਤੇ ਐਸੇ ਬੰਧਨ, ਕਰਮ ਬੰਧਨ ਕਹਿੰਦੇ ਨੇ ਇਸ ਨੂੰ। ਸੰਸਾਰ ਦੇ ਰੱਸੇ ਔਰ ਸੰਗਲਾਂ ਤੋਂ ਬਿਨਾਂ ਤੇ ਹਰ ਜੀਵ ਆਪਣੇ ਕਰਮ ਦੇ ਬੰਧਨਾਂ 'ਚ ਬੰਨ੍ਹਿਆ ਹੋਇਆ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਇਹ ਜਿਹੜੇ ਘੋਰ ਭਿਆਨਕ ਕਰਮਾਂ ਦੇ ਬੰਧਨ ਹਨ, ਜਨ ਕੋ ਨਿਰਣਾ ਕਰੋ ਹੇ ਸੱਚੇ ਸੁਣਾਵਣਾ। ਪਾਤਸ਼ਾਹ ਜੀ, ਆਪ ਉਹਨਾਂ ਦਾ ਨਿਰਣਾ ਕਰੋ। ਅੱਜ ਹੋਰ ਭਗਤੀ ਔਰ ਗਿਆਨ ਦੀਆਂ ਗੱਲਾਂ, ਬੇਅੰਤ ਆਪਨੇ ਕਿਰਪਾ ਕੀਤੀ ਹੈ, ਬ੍ਰਹਮ ਗਿਆਨ ਬਖਸ਼ਿਸ਼ ਕਰਦੇ ਹੋ, ਪਰ ਸਾਨੂੰ ਵਿਚਾਰ ਉਹ ਚਾਹੀਦੀ ਹੈ ਕਿ ਕਰਮ ਬਾਰੇ ਗਿਆਨ ਚਾਹੀਦਾ। ਤਿਨਕਾ ਨਿਰਣਾ ਕਰੋ ਸੁਨਾਵਣ, ਆਪਣੀ ਰਸਨਾ ਤੇ ਕਿਰਪਾ ਕਰਕੇ ਮਹਾਰਾਜ ਉਹਦਾ ਨਿਰਣਾ ਕਰੋ। ਅਸੀਂ ਜਾਣਨਾ ਚਾਹੁੰਦੇ ਹਾਂ ਕਰਮ ਦੇ ਬਾਰੇ ਗਿਆਨ ਹੋ ਜਾਏ, ਤੇ ਕਰਮ ਹੈ ਕੀ। ਹਰ ਬੰਦਾ ਕਹਿੰਦਾ ਮੇਰੀ ਕਿਸਮਤ ਮਾੜੀ ਜਦੋਂ ਕੋਈ ਐਸੀ ਦੁਰਘਟਨਾ ਵਾਪਰ ਜਾਏ, ਅਣਸੁਖਾਵੀ ਘਟਨਾ ਵਾਪਰ ਜਾਏ, ਕਹਿੰਦਾ ਵੀ ਕਰਮ ਮਾੜੇ ਸੀ। ਜਦੋਂ ਕਿਸੇ ਕਿਸੇ ਬਾਤ ਦੀ ਪ੍ਰਾਪਤੀ ਹੁੰਦੀ ਹੈ, ਕਹਿੰਦਾ ਵੀ ਕਰਮ ਬੜੇ ਚੰਗੇ ਸੀ। ਜਦੋਂ ਕੋਈ ਚੀਜ਼ ਪ੍ਰਾਪਤ ਨਾ ਹੋਵੇ, ਕਹਿੰਦਾ ਮੇਰੇ ਕਰਮਾਂ ਵਿੱਚ ਨਹੀਂ ਸੀ। ਤੇ ਐਸੇ ਸ਼ਬਦਾਂ ਅਸੀਂ ਵਰਤਦੇ ਹਾਂ, ਪਰ ਖਿਮਾ ਕਰਨਾ ਗੁਰੂ ਪਿਆਰਿਓ, ਕਰਮ ਬਾਰੇ ਸਾਨੂੰ ਗਿਆਨ ਨਹੀਂ। ਕਰਮ ਕੀ ਹੈ? ਸਤਿਗੁਰੂ ਦੀ ਉਹ ਖੇਡ ਹੈ ਜਿਹੜਾ ਸਿੰਘਾਂ ਦੇ ਮਨ ਵਿੱਚ ਇਹ ਫੁਰਨਾ ਪੈਦਾ ਸਤਿਗੁਰਾਂ ਨੇ ਕੀਤਾ। ਸੱਚੇ ਪਾਤਸ਼ਾਹ ਨੂੰ ਪਤਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਮੇਰੇ ਸਿੱਖਾਂ ਨੂੰ ਪ੍ਰਸ਼ਨ ਉੱਠਣਗੇ, ਉਹਨਾਂ ਦਾ ਉੱਤਰ ਕਿਵੇਂ ਬਣੇਗਾ। ਜੇ ਉਸ ਵੇਲੇ ਸਿੰਘਾਂ ਦੇ ਮਨ ਵਿੱਚ ਇਹ ਸੰਕਲਪ ਪੈਦਾ ਹੋਇਆ, ਤਾਂ ਅੱਜ ਸਾਨੂੰ ਇਹਦੇ ਕੋਲੋਂ ਬਹੁਤ ਵੱਡਾ ਲਾਭ ਪ੍ਰਾਪਤ ਹੋ ਰਿਹਾ ਹੈ। ਸਾਨੂੰ ਇਹ ਗਿਆਨ ਸਤਿਗੁਰਾਂ ਦੇ ਜੀਵਨ 'ਚੋਂ ਪ੍ਰਾਪਤ ਹੁੰਦਾ ਹੈ। ਅੱਜ ਦੇ ਯੁੱਗ ਵਿੱਚ ਗਿਆਨ ਦੀ ਵੀ ਇੱਕ ਇਉਂ ਲੱਗਦਾ ਜਿਵੇਂ ਕਿਸਮ ਬਦਲ ਗਈ। ਕੁਝ ਲੋਕਾਂ ਨੇ ਗਿਆਨ ਨੂੰ ਆਪਣੇ ਗੱਲਾਂ ਦੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂ ਕਿ ਗੁਰਮਤਿ ਵਿੱਚ ਇਸ ਬਾਤ ਦਾ ਵਿਰੋਧ ਹੈ, ਖੰਡਨ ਹੈ। ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਗਿਆਨ ਗੱਲਾਂ ਦੇ ਅਧੀਨ ਨਹੀਂ ਹੈ, ਆਤਮਿਕ ਗਿਆਨ, ਨਿਰੋਲ ਆਪਣੇ ਆਪੇ ਦਾ ਗਿਆਨ, ਜਿਹਦੇ 'ਚ ਆਪਣਾ ਆਪਾ ਗਵਾਉਣਾ ਪੈਂਦਾ ਹੈ, ਉਹ ਜੁਗਤ ਗੁਰਬਾਣੀ ਵਿੱਚ ਹੈ, ਗੁਰੂ ਦੇ ਜੀਵਨ ਵਿੱਚ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ, ਕਿਰਪਾ ਕਰੋ, ਤਿਨਕਾ ਨਿਰਣਾ ਕਰੋ ਸੁਨਾਵਣ, ਜਿਸ ਕਰਕੇ ਸਾਨੂੰ ਵੱਡਾ ਲਾਭ ਪ੍ਰਾਪਤ ਹੋਵੇ ਮਹਾਰਾਜ ਜੀ,
ਉਹਦਾ ਨਿਰਣਾ ਕਰੋ ਜੀ। ਜਿਸਕੇ ਜਨ ਹੈ ਕਰਹਿ ਬਚਾਵਨ। ਹੇ ਸੱਚੇ ਪਾਤਸ਼ਾਹ ਜੀ, ਜੇ ਆਪ ਬਖਸ਼ਿਸ਼ ਕਰਦੇ ਹੋ, ਆਪ ਅੰਮ੍ਰਿਤ ਬਾਣੀ ਦੀ ਜਿਵੇਂ ਸਿੱਖਿਆ ਦੀ ਵਰਖਾ ਕਰਦੇ ਹੋ, ਕਰਮਾਂ ਬਾਰੇ ਸਮਝਾ ਦਿਓ, ਕਮ ਸੇ ਕਮ ਅਸੀਂ ਉਹਨਾਂ ਮਾੜੇ ਕਰਮਾਂ ਤੋਂ ਬਚਾ ਕਰ ਲਏ, ਜਿਨ੍ਹਾਂ ਮਾੜੇ ਕਰਮਾਂ ਦਾ ਫਲ ਦੁੱਖ ਰੂਪ ਵਿੱਚ ਮਿਲਦਾ ਹੈ, ਅਸੀਂ ਉਹ ਕਰਮ ਹੀ ਕਿਉਂ ਕਰੀਏ, ਉਹਨਾਂ ਤੋਂ ਸਾਡਾ ਬਚਾਅ ਹੋ ਜਾਵੇ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰੋ, ਜਿਨ ਕੇ ਜਨ ਹੈ ਕਰੇ ਬਚਾਵਨ, ਉਹਨਾਂ ਕਰਮਾਂ ਨੂੰ ਜੇ ਅਸੀਂ ਜਾਣਦੇ ਹੋਵਾਂਗੇ, ਕਿਉਂਕਿ ਜੀਵ ਅਣਜਾਣਪਣੇ ਵਿੱਚ ਕਰ ਬੈਠਦਾ ਹੈ, ਫਲ ਬੜਾ ਭਿਆਨਕ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਬਚਨ ਆਪਣੀ ਰਸਨਾ ਤੋਂ ਉਚਾਰਨ ਕੀਤੇ ਹਨ, ਨਰ ਅਚੇਤ ਪਾਪ ਤੇ ਡਰ ਰਹੇ, ਹੇ ਅਗਿਆਤ ਬੇਸਮ ਜੀਵ, ਪਾਪ ਕਰਮ ਤੋਂ ਡਰ। ਡਰਨ ਤੋਂ ਭਾਵ ਹੈ ਜਿਹੜੀ ਚੀਜ਼ ਤੋਂ ਬੰਦਾ ਡਰਦਾ ਉਹ ਕਰਦਾ ਨਹੀਂ। ਜਿਹੜਾ ਬੰਦਾ ਪਾਣੀ ਤੋਂ ਡਰਦਾ ਪਾਣੀ 'ਚ ਨਹੀਂ ਵੜਦਾ, ਅੱਗ ਤੋਂ ਡਰਦਾ ਅੱਗ 'ਚ ਹੱਥ ਨਹੀਂ ਪਾਉਂਦਾ। ਇਸ ਕਰਕੇ ਜਿਹੜਾ ਪਾਪ ਕਰਮ ਤੋਂ ਡਰ ਜਾਵੇ ਉਹ ਪਾਪ ਨਹੀਂ ਕਰਿਆ ਕਰਦਾ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਜਿਸ ਕਰਮਾਂ ਦੇ ਜਾਣਨ ਤੋਂ ਅਸੀਂ ਆਪਣਾ ਬਚਾਅ ਕਰ ਸਕੀਏ, ਸਾਨੂੰ ਇਹ ਲਾਭ ਪ੍ਰਾਪਤ ਹੋਵੇ। ਸਤਿਗੁਰੂ ਜੀ, ਸ੍ਰੀ ਮੁਖ ਤੇ ਸਭ ਹੁਣ ਉਚਾਰਾ। ਉਸ ਵੇਲੇ ਸਤਿਗੁਰੂ ਜੀ ਨੇ ਸਾਰਿਆਂ ਦੇ ਵਿੱਚ ਆਪਣੀ ਰਸਨਾ ਤੋਂ ਕਲਗੀ ਵਾਲੇ ਸਤਿਗੁਰੂ ਜੀ ਬੋਲੇ, ਪਾਵਨ ਬਚਨ ਉਚਾਰਨ ਕੀਤਾ। ਹਜ਼ੂਰ ਕਹਿਣ ਲੱਗੇ, ਸ੍ਰੀ ਮੁਖ ਤੇ ਸਭ ਹੂਨ ਉਚਾਰਾ। ਸਾਰਿਆਂ ਦੇ ਵਿੱਚ ਕਲਗੀ ਵਾਲੇ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਇੱਕ ਅੰਮ੍ਰਿਤ ਵਚਨ ਉਚਾਰਨ ਕੀਤਾ। ਇੱਥੋਂ ਸਮਝ ਲੈਣਾ ਕਿ ਗੁਰੂ ਸਾਹਿਬ ਜੀ ਆਪਣੇ ਉਹਨਾਂ ਗੁਰਸਿੱਖਾਂ ਨਾਲ, ਜਿਹੜੇ ਬ੍ਰਹਮ ਗਿਆਨ ਜਿਨ੍ਹਾਂ ਨੂੰ ਹੋ ਚੁੱਕਾ ਹੈ, ਕਿਤਨਾ ਸਨੇਹ ਕਰਦੇ ਹਨ ਕਲਗੀ ਵਾਲੇ ਸਤਿਗੁਰੂ ਸਿੰਘਾਂ ਪ੍ਰਤੀ। ਕਲਗੀ ਵਾਲੇ ਸਤਿਗੁਰੂ ਦੀ ਕਿਹੋ ਜੀ ਭਾਵਨਾ ਹੈ, ਸ੍ਰੀ ਮੁਖ ਤੇ ਸਭ ਹੂਨ ਉਚਾਰਾ, ਸਾਰਿਆਂ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ। ਦਇਆ ਸੰਗ ਮਮ ਰੂਪ ਉਧਾਰਾ। ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਖਾਲਸਾ ਜੀ, ਇਹ ਪ੍ਰਸ਼ਨ ਕਰਨ ਵਾਲੇ ਗੁਰਸਿੱਖੋ, ਜੋ ਕਰਮ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਇਹਦਾ ਇਹ ਉੱਤਰ ਮੈਂ ਦੇਣਾ ਵੀ ਆਹ ਭਾਈ ਦਇਆ ਸਿੰਘ ਜੀ ਬੈਠੇ ਆ ਨਾ, ਪੰਜਾਂ ਪਿਆਰਿਆਂ ਵਿੱਚ ਅੰਮ੍ਰਿਤ ਦਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਉਸ ਅਰਸ਼ਾਂ ਤੋਂ ਜੋ ਅੰਮ੍ਰਿਤ ਨੂੰ ਪ੍ਰਗਟ ਕਰਨ ਦੀ ਜੁਗਤ ਲੈ ਕੇ ਆਏ ਨ ਕਲਗੀ ਵਾਲੇ ਸਤਿਗੁਰੂ, ਉਸ ਅੰਮ੍ਰਿਤ ਨੂੰ ਪ੍ਰਗਟ ਕਰਨ ਵੇਲੇ ਸਭ ਤੋਂ ਪਹਿਲਾਂ ਸੀਸ ਦੇਣ ਵਾਸਤੇ ਭਾਈ ਦਇਆ ਰਾਮ ਲਾਹੌਰ ਤੋਂ ਆਏ ਸਨ, ਤੇ ਅੰਮ੍ਰਿਤ ਛਕਣ ਤੋਂ ਬਾਅਦ ਸਿੰਘ ਪਦਵੀ ਦਿੱਤੀ ਹੈ ਮਹਾਰਾਜ ਨੇ, ਦਇਆ ਸਿੰਘ ਬਣੇ। ਤੇ ਮਹਾਰਾਜ ਸਾਹਿਬ ਕਹਿੰਦੇ, ਦਇਆ ਸਿੰਘ ਮਮ ਰੂਪ ਉਦਾਰਾ, ਕਹਿੰਦੇ ਖਾਲਸਾ ਜੀ, ਮੇਰੇ ਵਿੱਚ ਔਰ ਭਾਈ ਦਇਆ ਸਿੰਘ ਵਿੱਚ ਕੋਈ ਵੀ ਅੰਤਰਾ ਨਹੀਂ ਹੈ, ਇਹ ਮੇਰਾ ਰੂਪ ਹੈ। ਇਸ ਕਰਕੇ ਇੱਕ ਤਾਂ ਇਹ ਵਹਿਮ ਨਹੀਂ ਕਰਨਾ, ਮੈਂ ਡਿਊਟੀ ਭਾਈ ਦਇਆ ਸਿੰਘ ਦੀ ਲਾਉਣ ਲੱਗਿਆ,
ਇਹ ਨਹੀਂ ਸਮਝਣਾ ਕਿ ਇਹਦਾ ਉੱਤਰ ਮੈਂ ਨਹੀਂ ਦੇ ਰਿਹਾ ਹਾਂ, ਇਹਦਾ ਉੱਤਰ ਭਾਈ ਦਇਆ ਸਿੰਘ ਜੀ ਦੇਣਗੇ ਔਰ ਮੈਂ ਇਹਨਾਂ ਦੀ ਡਿਊਟੀ ਲਾਉਣਾ ਕਿਉਂਕਿ ਇਹ ਮੇਰਾ ਰੂਪ ਬਣ ਚੁੱਕੇ ਨੇ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਸਿੱਖ ਤੇ ਗੁਰੂ ਉਦੋਂ ਇੱਕ ਹੋ ਜਾਂਦੇ ਨੇ ਸਿਧਾਂਤਕ ਤੌਰ ਤੇ, ਅੰਤਰ ਆਤਮੇ ਜਦੋਂ ਮੇਲ ਹੋ ਜਾਂਦਾ ਹੈ। ਜੇ ਸਿੱਖ ਨੇ ਆਪਣੇ ਆਪੇ ਨੂੰ ਅੰਦਰ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ ਖਤਮ ਹੋ ਗਏ ਤੇ ਅੰਦਰ ਬ੍ਰਹਮ ਦੀ ਸਿੱਖਿਆ ਸਾਕਾਰ ਹੋ ਗਈ, ਬ੍ਰਹਮ ਗਿਆਨ ਹੋਣ ਤੋਂ ਪਰਮਾਤਮਾ ਤੇ ਪਰਮਾਤਮਾ ਦੇ ਪਿਆਰੇ ਦਾ ਕੋਈ ਵੀ ਅੰਤਰਾ ਨਹੀਂ ਰਹਿੰਦਾ ਹੈ, ਇੱਕ ਰੂਪ ਹੋ ਜਾਂਦੇ ਨੇ। ਜਿਨ੍ਹਾਂ ਨਾਲ ਵਿਸਰੇ ਨਾਮ ਸੇ ਕਨੇਹ ਆ, ਭੇਦ ਨਾ ਜਾਣੋ ਮੂਲ, ਸਾਈ ਜਿਹੇ ਆ ਉਹ ਰੱਬ ਵਰਗੇ ਹੋ ਜਾਂਦੇ ਨੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛੁ ਨਾਹੀ, ਜਲ ਤੇ ਉਪਜਤ ਰੰਗ ਦਿਓ ਜਲ ਹੀ ਵਿਖੇ ਸੁਭਾਏ। ਤੇ ਇਸ ਪ੍ਰਕਾਰ ਭਾਈ ਦਇਆ ਸਿੰਘ ਮੇਰਾ ਰੂਪ ਹਨ, ਜਿਹੜੇ ਵਚਨ ਸਤਿਗੁਰਾਂ ਦੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਪਰਮਾਤਮਾ ਦਾ ਨਿਵਾਸ, ਗੁਰੂ ਦਾ ਨਿਵਾਸ ਉਸ ਥਾਂ ਤੇ ਹੈ, ਸਿੱਖ ਦੇ ਉਸ ਹਿਰਦੇ 'ਚ ਹੈ ਜਿਹੜਾ ਸ਼ੁੱਧ ਹਿਰਦਾ ਹੈ। ਹਰ ਥਾਂ 'ਤੇ ਨਿਵਾਸ ਨਹੀਂ ਹੋ ਸਕਦਾ। ਖਾਲਸੇ ਦਾ ਲਿਬਾਸ ਪਹਿਨਣਾ ਅਲੱਗ ਬਾਤ ਹੈ, ਖਾਲਸਾ ਹੋਣਾ ਅਲੱਗ ਬਾਤ ਹੈ। ਸਤਿਗੁਰਾਂ ਨੇ ਜੋ ਖਾਲਸੇ ਦੇ ਲੱਛਣ ਦੱਸੇ ਹਨ ਉਹ ਹਰ ਇੱਕ ਦੇ ਵਸ ਦੀ ਬਾਤ ਨਹੀਂ, ਪਰ ਫਿਰ ਵੀ ਸਤਿਗੁਰੂ ਕਿਰਪਾ ਕਰਨ ਪੰਜ ਕਕਾਰਾਂ ਦੀ ਰਹਿਤ ਰਹਿ ਜਾਏ, ਚਾਰੇ ਬੱਜਰ ਕਰਹਿਤਾਂ ਤੋਂ ਬਚਿਆ ਜਾਏ, ਪੰਜਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਦਾ ਤੇ ਸੋਦਰ ਦੀ ਬਾਣੀ ਦਾ, ਸ਼ਾਮ ਦੇ ਵਕਤ ਸੌਣ ਵੇਲੇ ਸੋਹਲੇ ਜੀ ਦਾ ਪਾਠ ਤੇ ਧਰਮ ਦੀ ਕਿਰਤ, ਸੱਚ ਬੋਲਣ ਵਿੱਚ ਵਿਸ਼ਵਾਸ, ਇਤਨਾ ਵੀ ਨਿਭ ਜਾਏ ਇਹਦੇ ਨਾਲ ਵੀ ਜ਼ਿੰਦਗੀ ਸਫਲੀ ਹੋ ਜਾਂਦੀ ਹੈ। ਗੁਰੂ ਦੀਆਂ ਬਹੁਤ ਬਖਸ਼ਾਂ ਮਿਲ ਜਾਂਦੀਆਂ ਹਨ। ਆਉਣ ਵਾਲਾ ਸਮਾਂ, ਅਗਲਾ ਜਨਮ ਗੁਰਸਿੱਖਾਂ ਦੇ ਘਰ ਵਿੱਚ ਮਿਲ ਜਾਂਦਾ ਹੈ, ਭਗਤੀ ਦਾ ਵਾਤਾਵਰਣ ਮਿਲ ਜਾਂਦਾ ਹੈ, ਹੌਲੀ ਹੌਲੀ ਭਗਤੀ ਕਰਕੇ ਗਿਆਨ ਤੱਕ ਪਹੁੰਚ ਜਾਂਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਦਇਆ ਸਿੰਘ ਮਮ ਰੂਪ ਉਦਾਰਾ, ਮੇਰਾ ਹੀ ਸਰੂਪ ਹੈ ਭਾਈ ਦਇਆ ਸਿੰਘ। ਸ਼ਬਦ ਸਾਧ ਸਿੰਘ ਜੀ, ਕਿਉਂਕਿ ਵਿਸਾਖੀ ਦਾ ਦਿਹਾੜਾ ਵੀ ਆ ਰਿਹਾ, ਥੋੜ੍ਹਾ ਥੋੜ੍ਹਾ ਨਾਲ ਉਸ ਪੱਖ ਦੀ ਵਿਚਾਰ ਵੀ ਤੇ ਅੱਜ ਹੀ ਹੋ ਸਕਦੀ ਹੈ। ਅੱਗੇ ਚੱਲ ਕੇ ਸਾਧ ਸਿੰਘ ਜੀ ਬੜੀ ਬਰੀਕ ਵਿਚਾਰ ਸ਼ੁਰੂ ਹੋਣ ਵਾਲੀ ਹੈ। ਭਾਈ ਦਇਆ ਸਿੰਘ ਜੀ ਜਾਂ ਧਰਮ ਸਿੰਘ ਜੀ ਜਿਨ੍ਹਾਂ ਨੇ ਆਪਣੇ ਸ਼ੀਸ਼ ਦਿੱਤੇ ਹੈ, ਤੇ ਇਹਦੇ ਵਿੱਚ ਅੰਮ੍ਰਿਤ ਛਕਾਉਣ ਤੋਂ ਬਾਅਦ, ਗੁਰੂ ਨੇ ਸੀਸ ਲੈਣ ਤੋਂ ਬਾਅਦ ਉਹਨਾਂ ਦਾ ਨਾਮ ਫਿਰ, ਪਹਿਲਾਂ ਦਾ ਨਾਮ ਭਾਵੇਂ ਉਹੀ ਰਿਹਾ ਪਰ ਨਾਲ ਸ਼ਬਦ ਪਿਆਰੇ ਦਿੱਤਾ, ਪੰਜ ਪਿਆਰੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਆਪ ਸੂਝਵਾਨ ਗੁਰਮੁਖ ਬੈਠੇ ਹੋ ਕਿ ਦੋ ਸ਼ਬਦ ਸਾਡੇ ਸਮਾਜ ਵਿੱਚ ਚੱਲਦੇ ਹੈ, ਇੱਕ ਤਾਂ ਪਿਆਰਾ ਤੇ ਇੱਕ ਪੂਰਾ। ਇਹ ਅਸੀਂ ਕਦੋਂ ਵਰਤਦੇ ਹਾਂ? ਜਦੋਂ ਕੋਈ ਸੰਸਾਰਿਕ ਯਾਤਰਾ ਆਪਣੀ ਸਮਾਪਤ ਕਰ ਦੇਵੇ, ਉਸ ਵੇਲੇ ਕੁਝ ਲੋਕ ਕਹਿੰਦੇ ਹੈ ਕਿ ਇਹਦੀ ਫਲਾਨਾ ਸਿੰਘ ਰੱਬ ਨੂੰ ਪਿਆਰਾ ਹੋ ਗਿਆ,
ਉਦੋਂ ਸਮਾਜ ਨੂੰ ਬਾਤ ਸਮਝ ਆ ਜਾਂਦੀ ਹੈ ਕਿ ਉਹ ਸੰਸਾਰ ਵਿੱਚ ਨਹੀਂ ਰਿਹਾ ਹੈ ਤੇ ਉਹ ਜਿਉਂਦਾ ਜਿਉਂਦਾ ਰੱਬ ਨੂੰ ਪਿਆਰਾ ਨਹੀਂ ਹੋ ਸਕਿਆ। ਤੇ ਫਿਰ ਇਹ ਸ਼ਬਦ ਉਦੋਂ ਮਿਲਿਆ ਜਦੋਂ ਸੰਸਾਰ ਵਿੱਚ ਜੀਵਤ ਨਹੀਂ ਰਿਹਾ। ਅਸਲ ਵਿੱਚ ਪਿਆਰਾ ਸ਼ਬਦ ਜਿਹੜਾ ਹੈ ਇਹ ਜਿਉਂਦਿਆਂ ਨੂੰ ਮਿਲਦਾ ਨਹੀਂ ਹੈ, ਇਹ ਮਿਲਦਾ ਹੀ ਮਰਿਆਂ ਨੂੰ ਹੈ। ਤੇ ਭਾਈ ਦਇਆ ਸਿੰਘ ਨੂੰ ਸ਼ਬਦ ਉਦੋਂ ਮਿਲਿਆ, ਪੰਜਾਂ ਪਿਆਰਿਆਂ ਨੂੰ ਉਦੋਂ ਮਿਲਿਆ ਜਦੋਂ ਉਹ ਸੰਸਾਰਿਕ ਯਾਤਰਾ ਆਪਣੀ ਸਮਾਪਤ ਕਰ ਦਿੱਤੀ, ਸੀਸ ਗੁਰੂ ਨੂੰ ਅਰਪਣ ਦੇ ਦਿੱਤਾ। ਮਹਾਰਾਜ ਸਾਹਿਬ ਜੀ ਕਹਿੰਦੇ ਹੁਣ ਤੁਸੀਂ ਮੇਰੇ ਪਿਆਰੇ ਹੋ। ਰੱਬ ਨੂੰ ਪਿਆਰਾ ਹੀ ਉਹ ਹੁੰਦਾ ਹੈ। ਸੰਸਾਰਿਕ ਯਾਤਰਾ ਸਮਾਪਤ ਕਰ ਦਿੱਤੀ, ਆਪਣਾ ਆਪਾ ਸਮਰਪਿਤ ਕਰ ਦਿੱਤਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਫਿਰ ਪਿਆਰਾ ਸ਼ਬਦ ਮਿਲਿਆ। ਜਿੱਥੇ ਪਿਆਰਾ ਸ਼ਬਦ ਮਿਲਦਾ ਹੈ ਉੱਥੇ ਇਹਦੇ ਨਾਲ ਇੱਕ ਹੋਰ ਵਿਚਾਰ ਹੈ ਕਿ ਸਾਰੀ ਜ਼ਿੰਦਗੀ ਬੰਦਾ ਅਧੂਰਾ ਰਹਿੰਦਾ ਹੈ। ਕੁਛ ਨਾ ਕੁਛ ਜ਼ਿੰਦਗੀ ਭਰ ਉਹਨੂੰ ਸਿੱਖਿਆ ਮਿਲਦੀ ਹੀ ਜਾਂਦੀ ਹੈ। ਵਕਤ ਅਖੀਰ ਤੱਕ ਇਹ ਸੋਚਦਾ ਵੀ ਇਸ ਗੱਲ ਦਾ ਮੈਨੂੰ ਪਹਿਲਾਂ ਗਿਆਨ ਨਹੀਂ ਸੀ, ਅੱਜ ਪਤਾ ਚੱਲਿਆ। ਮਰਨ ਵੇਲੇ ਤੱਕ ਐਸਾ ਹੀ ਹੁੰਦਾ ਰਹਿੰਦਾ ਹੈ ਕਿ ਇਹਦੀ ਆਹ ਨਵੀਂ ਗੱਲ ਦਾ ਪਤਾ ਚੱਲਿਆ, ਇਹਦਾ ਮਤਲਬ ਅਧੂਰਾ ਸੀ। ਜ਼ਿੰਦਗੀ ਭਰ ਅਧੂਰਾ ਰਹਿੰਦਾ ਹੈ, ਪਰ ਜਿਸ ਵੇਲੇ ਕੋਈ ਮਰ ਜਾਂਦਾ ਹੈ ਉਸ ਵੇਲੇ ਉਹਨੂੰ ਕਿਹਾ ਜਾਂਦਾ ਹੈ ਇਹ ਫਲਾਨਾ ਸਿੰਘ ਪੂਰਾ ਹੋ ਗਿਆ। ਮਰਨ ਤੋਂ ਹੀ ਪੂਰਾ ਸ਼ਬਦ ਮਿਲਦਾ ਹੈ, ਮਰਨ ਤੋਂ ਹੀ ਪਿਆਰਾ ਸ਼ਬਦ ਮਿਲਦਾ ਹੈ। ਪਿਆਰਾ ਤੇ ਪੂਰਾ ਦੋ ਸ਼ਬਦ ਇਹ ਜਿਉਂਦਿਆਂ ਨੂੰ ਨਹੀਂ ਮਿਲਦੇ। ਆਪਣਾ ਆਪਾ ਸਮਰਪਿਤ ਕਰ ਦਿੱਤਾ ਤੇ ਫਿਰ ਉਹਨਾਂ ਨੂੰ ਪਿਆਰੇ ਸ਼ਬਦ ਵੀ ਮਿਲਿਆ ਤੇ ਪੂਰੇ ਸ਼ਬਦ ਵੀ ਮਿਲਿਆ। ਪੰਜ ਪਿਆਰੇ ਜਿਹੜੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹ ਜਿੱਥੇ ਗੁਰੂ ਨੂੰ ਪਿਆਰੇ ਹੋ ਗਏ ਉੱਥੇ ਪੂਰੇ ਵੀ ਹੋ ਗਏ। ਗੁਰੂ ਜਿੰਨੀ ਸਮਰੱਥਾ ਵੀ ਇਹਨਾਂ ਵਿੱਚ ਆ ਗਈ, ਕਿਉਂਕਿ ਜਦੋਂ ਜਗਦੇ ਹੋਏ ਦੀਵੇ ਤੋਂ ਕੋਈ ਦੂਸਰਾ ਦੀਵਾ ਜਗ ਜਾਏ ਉਹਦੀ ਰੋਸ਼ਨੀ ਉਹਦੇ ਨਾਲੋਂ ਕਮ ਨਹੀਂ ਹੁੰਦੀ। ਇਹ ਨਹੀਂ ਵੀ ਪਹਿਲੇ ਦੀਵੇ ਦੀ ਰੋਸ਼ਨੀ ਜ਼ਿਆਦਾ ਹੈ, ਜਿਹੜਾ ਦੀਵੇ ਤੋਂ ਦੀਵਾ ਜਗਿਆ ਉਹਦੀ ਰੋਸ਼ਨੀ ਕਮ ਹੈ, ਐਸਾ ਨਹੀਂ ਹੁੰਦਾ ਕਦੇ ਵੀ। ਦੀਵਾ ਵਲਦਾ ਦੀਵਿਓ ਸੰਸਰ ਪਰਵਾਣ ਹੈ, ਭਾਈ ਗੁਰਦਾਸ ਸਾਹਿਬ ਜੀ ਬਰਾਬਰ ਦਾ ਚਾਨਣਾ ਹੈ। ਇਸ ਕਰਕੇ ਪੰਜੇ ਪਿਆਰਿਆਂ ਦੇ ਅੰਦਰ ਗੁਰੂ ਨੇ ਆਪਣਾ ਆਪ ਰੱਖ ਦਿੱਤਾ। ਪੰਜੇ ਪਿਆਰਿਆਂ ਨੂੰ ਜਿੱਥੇ ਅਕਾਲ ਪੁਰਖ ਦੇ ਪਿਆਰੇ ਕਰ ਦਿੱਤਾ ਤੇ ਉੱਥੇ ਗੁਰੂ ਸਾਹਿਬ ਨੇ ਆਪਣਾ ਸਰੂਪ ਦੇ ਕੇ ਪੂਰੇ ਵੀ ਕਰ ਦਿੱਤਾ। ਇਸ ਵਾਸਤੇ ਫਿਰ ਕਿਹਾ ਖਾਲਸਾ ਮੇਰੋ ਸਤਿਗੁਰੂ ਪੂਰਾ। ਸਤਿਗੁਰੂ ਮੇਰਾ ਪੂਰਾ ਪੂਰਾ ਸਤਿਗੁਰੂ ਹੈ ਖਾਲਸਾ। ਪੰਜੇ ਪਿਆਰੇ ਸੰਪੂਰਨ ਗੁਰੂ ਰੂਪ ਦੇ ਵਿੱਚ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਇਸ ਕਰਕੇ ਸਾਰੇ ਗੁਣ ਭਾਈ ਦਇਆ ਸਿੰਘ ਵਿੱਚ, ਪੰਜਾਂ ਪਿਆਰਿਆਂ ਦੇ ਵਿੱਚ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਦਇਆ ਸਿੰਘ ਮਮ ਰੂਪ ਉਦਾਰਾ,
ਭਾਈ ਦਇਆ ਸਿੰਘ ਮੇਰਾ ਆਪਣਾ ਖਾਸ ਰੂਪ ਹਨ। ਕਰੋ ਪ੍ਰਸ਼ਨ ਜਿਤ ਕਰੋ ਕਲਗੀ ਚਹੋਏ। ਵਾਲੇ ਸਤਿਗੁਰੂ ਬੋਲੇ, ਜਿੰਨੀ ਵੀ ਤੁਹਾਡੀ ਰੁਚੀ ਹੋਵੇ, ਜੋ ਇੱਛਾ ਹੈ ਤੁਸੀਂ ਪ੍ਰਸ਼ਨ ਕਰੋ, ਉਹਦਾ ਉੱਤਰ ਭਾਈ ਦਇਆ ਸਿੰਘ ਦੇਣਗੇ ਮੇਰੇ ਵੱਲੋਂ। ਪਰ ਦੇਣਗੇ ਭਾਈ ਦਇਆ ਸਿੰਘ, ਇਹ ਗੁਰੂ ਦੀ ਆਪਣੀ ਖੇਡ ਹੈ ਕਿ ਆਪਣੀ ਰਸਨਾ ਤੋਂ ਉੱਤਰ ਨਹੀਂ ਦਿੱਤਾ, ਭਾਈ ਦਇਆ ਸਿੰਘ ਦੀ ਰਸਨਾ ਤੋਂ ਉੱਤਰ ਦਵਾਉਣਾ ਹੈ। ਉਹ ਅੱਗੇ ਚੱਲ ਕੇ ਖੁੱਲੇਗੀ ਬਾਤ। ਭਾਈ ਦਇਆ ਸਿੰਘ ਨੂੰ ਇਹ ਮਾਣ ਸਤਿਗੁਰਾਂ ਨੇ ਦਿੱਤਾ ਹੈ। ਉੱਤਰ ਕਹੈ ਸਗਲ ਹੀ ਸੋਏ। ਮਹਾਰਾਜ ਅੱਜ ਸਾਬਤ ਕਰਨਾ ਚਾਹੁੰਦੇ ਨੇ, ਸੰਸਾਰ ਨੂੰ ਦੱਸਣਾ ਚਾਹੁੰਦੇ ਨੇ ਕਿ ਦਇਆ ਸਿੰਘ ਦੇ ਵਿੱਚ ਸੀਸ ਦੇਣ ਤੋਂ, ਪਿਆਰੇ ਬਣ ਤੋਂ, ਪੂਰੇ ਬਣ ਤੋਂ ਗੁਰੂ ਜਿੰਨੀ ਸਮਰੱਥਾ ਭਾਈ ਦਇਆ ਸਿੰਘ ਵਿੱਚ ਹੈ। ਸਿੱਖ ਗੁਰੂ ਦਾ ਸਰੂਪ ਹੋਇਆ, ਗੁਰੂ ਦਾ ਸਰੂਪ ਬਣ ਕੇ ਵੀ ਸਿੱਖ ਇਹ ਕਦੀ ਨਹੀਂ ਕਹਿੰਦਾ ਕਿ ਮੈਂ ਗੁਰੂ ਦਾ ਸਰੂਪ ਬਣਿਆ, ਮੈਂ ਪੂਰਾ ਹੋ ਗਿਆ। ਇਹੀ ਤਾਂ ਫਿਰ ਅਧੂਰਾਪਣ ਹੋਏਗਾ ਜੇ ਕਹੇਗਾ ਮੈਂ ਪੂਰਾ ਬਣ ਗਿਆ। ਦਾਸਾਂ ਦਾ ਦਾਸ ਰਹਿਣ, ਸੋ ਇਹ ਮਰਿਆਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਦਇਆ ਸਿੰਘ ਮਮ ਰੂਪ ਉਦਾਰਾ, ਕਰੋ ਪ੍ਰਸ਼ਨ ਜੇਤ ਕਰੁਚ ਹੋਏ, ਉੱਤਰ ਕਹੈ ਸਗਲ ਹੇ ਸੋਏ। ਜੋ ਵੀ ਤੁਸੀਂ ਪ੍ਰਸ਼ਨ ਕਰੋਗੇ ਉਹਦਾ ਉੱਤਰ ਭਾਈ ਦਇਆ ਸਿੰਘ ਜੀ ਖੋਲ ਕੇ ਦੇਣਗੇ। ਇਹ ਬਚਨ ਕਲਗੀ ਵਾਲੇ ਸਤਿਗੁਰੂ ਨੇ ਕੀਤਾ। ਇਮ ਕਹਿ ਕੇ ਗੁਰ ਅੰਤਰ ਗਏ। ਇਹ ਕਹਿ ਕੇ ਸਤਿਗੁਰੂ ਮਹਾਰਾਜ ਦਾ ਸਮਾਂ ਹੋਇਆ ਸੀ ਮਹਿਲਾਂ ਨੂੰ ਜਾਣ ਦਾ। ਪ੍ਰਸ਼ਨ ਉਸ ਵੇਲੇ ਸਿੱਖਾਂ ਨੇ ਕੀਤਾ ਜਦੋਂ ਸਤਿਗੁਰਾਂ ਦਾ ਸਭਾ ਚੋਂ ਉੱਠਣ ਦਾ ਸਮਾਂ ਹੋਇਆ ਸੀ। ਇਹ ਕਹਿ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਿਲਾਂ ਨੂੰ ਚਲੇ ਗਏ ਹਨ। ਅਪਰ ਸਰਬ ਤਹਿ ਬੈਠਤ ਪਏ। ਆਪਰ ਕਈ ਹੋਰ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਸਿੰਘ ਨੇ, ਸਾਰੀ ਸੰਗਤ ਉਸੇ ਤਰ੍ਹਾਂ ਬੈਠੀ ਹੈ। ਤੇ ਕਿਉਂਕਿ ਬਚਨ ਕੀਤਾ ਮਹਾਰਾਜ ਨੇ ਵੀ ਭਾਈ ਦਇਆ ਸਿੰਘ ਉੱਤਰ ਦੇਣਗੇ, ਕੇਵਲ ਸਤਿਗੁਰੂ ਗਏ ਹੈ, ਬਾਕੀ ਸਾਰੀ ਸੰਗਤ ਬੈਠੀ ਹੈ ਸੁਣਨ ਵਾਸਤੇ। ਜੋ ਸਿੱਖਾਂ ਦੇ ਮਨ ਵਿੱਚ ਸੰਸਾ ਵੀ ਕਰਮ ਕੀ ਹੈ, ਇਸ ਕਰਕੇ ਸਿੰਘ ਬੈਠੇ ਹਨ। ਨਿਰਣੈ ਕਰਨ ਵਿਖੇ ਚਿਤ ਦਇਓ। ਸਾਰਿਆਂ ਦੀ ਚਿਤ ਵਿਰਤੀ ਇਕਾਗਰ ਹੋ ਕਰਕੇ ਕਿ ਅੱਜ ਕਰਮ ਦਾ ਨਿਰਣਾ ਹੋਏਗਾ, ਕਰਮ ਕੀ ਹੈ, ਇਹਦੇ ਵਿੱਚ ਸਾਰਿਆਂ ਦੀ ਰੁਚੀ ਬਣੀ ਹੋਈ ਹੈ। ਜਿਵੇਂ ਆਪ ਸਾਰੀਆਂ ਸੰਗਤਾਂ ਉਸ ਵੇਲੇ ਦੀ ਇਸ ਵਾਰਤਾ ਨੂੰ ਸੁਣਨ ਵਾਸਤੇ ਕਈ ਦਿਨ ਤੋਂ ਐਸੀ ਵਿਚਾਰ ਸੁਣਦੇ ਆ ਰਹੇ ਹੋ ਕਿ ਕਰਮ ਕਥਾ ਆਰੰਭ ਹੋਣ ਵਾਲੀ ਹੈ, ਕਰਮ ਦੀ ਵਿਚਾਰ ਹੋਣ ਵਾਲੀ ਹੈ, ਰੁਚੀ ਨਾਲ ਆਇਓ, ਬੜੀ ਇਕਾਗਰਤਾ ਵਿੱਚ ਬੈਠੇ ਹੋ। ਔਰ ਹੈ ਵੀ ਬੜੀ ਅਹਿਮ ਬਾਤ, ਇਹ ਸਾਡੇ ਜੀਵਨ ਦੇ ਹਰ ਮੋੜ ਤੇ ਕੰਮ ਆਉਣ ਵਾਲੀ ਬਾਤ ਹੈ। ਜਿੱਥੇ ਕਿੱਥੇ ਵੀ ਸਾਡੇ ਮਨ ਦੇ ਅੰਦਰ ਸਿੱਥਲਪਣਾ ਆਉਂਦਾ, ਕਮਜ਼ੋਰੀ ਆਉਂਦੀ ਹੈ, ਐਸਾ ਕਿਉਂ ਹੈ, ਉਹਨਾਂ ਸੈਂਕੜੇ ਪ੍ਰਸ਼ਨਾਂ ਦਾ ਉੱਤਰ ਇਹ ਕਰਮ ਕਥਾ ਹੈ। ਇੱਥੋਂ ਆਤਮਕ ਬਲ ਮਿਲੇਗਾ। ਕਮਜ਼ੋਰ ਤੇ ਕਮਜ਼ੋਰ ਇਹ ਇਰਾਦੇ ਵਾਲੇ ਮਜ਼ਬੂਤ ਹੋ ਜਾਂਦੇ ਨੇ ਕਿ ਇਹ ਤਾਂ ਬਾਤ ਹੀ ਕੋਈ ਨਹੀਂ, ਤਾਂ ਹੋਣਾ ਹੀ ਸੀ ਐਸਾ। ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਸਾਰਾ ਦੁਖੀ ਹੈ, ਔਰ ਦੁਖੀ ਕਿਸੇ ਨੇ ਨਹੀਂ ਕੀਤਾ ਸੰਸਾਰ ਨੂੰ, ਆਪਣੇ ਕਰਮ ਤੇ ਦੁਖੀ ਹੈ। ਇਹ ਕਰਮ ਕਥਾ ਦੇ ਅੰਦਰ ਕੋਈ ਲੰਮੀਆਂ ਸਾਖੀਆਂ ਨਹੀਂ ਆਉਣਗੀਆਂ,
ਬਲਕਿ ਇਸ ਨੂੰ ਜਿੱਥੇ ਕਿਤੇ ਬਹੁਤ ਗਹਿਰਾਈ ਵਾਲੀਆਂ ਬਾਤਾਂ ਹਨ ਤੇ ਉਹਨਾਂ ਨੂੰ ਸਹਿਜ ਕਰਨ ਵਾਸਤੇ ਸਾਖੀਆਂ ਨਾਲ ਢੁਕਵੀਆਂ ਕਿਤੇ ਕਿਤੇ ਆਪਾਂ ਨੂੰ ਕੋਲੋਂ ਲਾਉਣੀਆਂ ਪੈਣਗੀਆਂ। ਉਸ ਵਿਚਾਰ ਦੇ ਨਾਲ ਮਿਲਦੀ ਬਾਤ ਕਿ ਸਮਝ ਆ ਜਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਕਹਿ ਕੇ ਅੰਤਰ ਚਲੇ ਗਏ ਨੇ, ਮਹਿਲਾਂ ਵਿੱਚ ਚਲੇ ਗਏ ਨੇ ਤੇ ਸਾਰੇ ਰੁਚੀ ਧਾਰ ਕੇ ਬੈਠੇ ਆ ਸਤਿਗੁਰੂ ਜੀ। ਜੋ ਭਾਈ ਦਇਆ ਸਿੰਘ ਨੂੰ ਸਾਰਿਆਂ ਦੇ ਮਨ ਵਿੱਚ ਸ਼ਰਧਾ ਹੋ ਗਈ, ਭਾਈ ਦਇਆ ਸਿੰਘ ਤੇ ਵਿਸ਼ੇਸ਼ ਕਰਕੇ ਨਿਖਾ ਹੋ ਗਈ ਸਾਰਿਆਂ ਦੀ, ਇਹ ਕਲਗੀ ਵਾਲੀ ਸਤਿਗੁਰੂ ਵਰਗਾ ਹੀ ਸਤਿਕਾਰ ਭਾਈ ਦਇਆ ਸਿੰਘ ਦਾ ਸਿੰਘਾਂ ਦੇ ਮਨ ਵਿੱਚ ਹੋ ਗਿਆ। ਸਤਿਕਾਰ ਤਾਂ ਪਹਿਲੇ ਵੀ ਸੀ, ਕੋਈ ਸਭ ਤੋਂ ਪਹਿਲਾਂ ਉੱਠੇ ਤੇ ਸੀਸ ਦੇਣ ਵਾਸਤੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਖੇਡ ਐਸੀ ਵਰਤਾ ਦਿੱਤੀ, ਅੱਜ ਸਾਬਤ ਕਰਨ ਲੱਗੇ ਨੇ ਕਿ ਖਾਲਸਾ ਮੇਰੋ ਰੂਪ ਹੈ, ਖਾਸ ਕਿਵੇਂ ਹੈ। ਭਾਈ ਦਇਆ ਸਿੰਘ ਦੇ ਰੂਪ ਵਿੱਚ ਸਿੱਖ ਨੂੰ ਆਪਣਾ ਆਪਾ ਤੇ ਆਪਣਾ ਸੁਭਾਅ, ਆਪਣਾ ਗਿਆਨ, ਆਪਣਾ ਅਨੁਭਵ ਸਿੱਖ ਦੇ ਹਿਰਦੇ ਦੇ ਵਿੱਚੋਂ ਕਿਵੇਂ ਪੈਦਾ ਕਰ ਰਹੇ ਹਨ, ਉਹ ਵਿਚਾਰ ਆ ਰਹੀ ਹੈ। ਦਇਆ ਸੰਗਤ ਬੁਰਤ ਪਇਓ। ਤੇ ਜਦੋਂ ਕਲਗੀ ਵਾਲੇ ਸਤਿਗੁਰੂ ਤਾਂ ਮਹਿਲਾਂ ਵਿੱਚ ਜਾ ਵਰਾਜੇ, ਸੰਗਤਾਂ ਇਕਾਗਰ ਚਿੱਤ ਹੋ ਕਰਕੇ ਬੈਠ ਗਈਆਂ। ਸਿੰਘਾਂ ਨੇ ਕਿਹਾ ਹੱਥ ਜੋੜ ਕੇ, ਭਾਈ ਦਇਆ ਸਿੰਘ ਜੀ ਆ ਹੁਣੇ ਹੁਣ ਕਲਗੀ ਵਾਲੀ ਦੀ ਰਸਨਾ ਤੋਂ ਅਸੀਂ ਸੁਣ ਚੁੱਕੇ ਹਾਂ ਕਿ ਆਪ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਕਲਗੀ ਵਾਲੇ ਸਤਿਗੁਰੂ ਨੇ ਕਿਹਾ ਕਿ ਦਇਆ ਸਿੰਘ ਵਿਸ਼ੇਸ਼ ਕਰਕੇ ਮੇਰਾ ਰੂਪ ਹੈ, ਤੁਸਾਂ ਨੇ ਉੱਤਰ ਦੇਣੇ ਨੇ। ਇਸ ਕਰਕੇ ਹੁਣ ਕਥਾ ਆਰੰਭ ਕਰੋ। ਭਾਈ ਦਇਆ ਸਿੰਘ ਜੀ ਕਹਿੰਦੇ ਪਹਿਲਾਂ ਕਥਾ ਆਰੰਭ ਕਰਨ ਤੋਂ ਇਹ ਕਥਾ ਸਰਵਣ ਕਰ ਲਓ ਜਿਹੜੀ ਹੁਣੇ ਹੁਣ ਵਰਤੀ ਹੈ, ਕਰਮ ਦੀ ਕਥਾ ਤਾਂ ਮੈਂ ਬਾਅਦ 'ਚ ਸੁਣਾਉਣਾ, ਤੇ ਤੁਹਾਨੂੰ ਕਿਤੇ ਭੁਲੇਖਾ ਨਾ ਰਹਿ ਜੇ ਗੁਰੂ ਪਿਆਰਿਓ, ਕਿਤੇ ਭੁਲੇਖਾ ਨਾ ਖਾ ਜਾਇਓ। ਮੈਂ ਆਪਣੇ ਆਪ ਨੂੰ ਸਪਸ਼ਟ ਕਰਨਾ ਚਾਹੁੰਦਾ ਮੈਂ ਕੀ ਹਾਂ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸਰਬ ਪ੍ਰਕਾਰ ਗੁਰੂ ਸਰਬਗੈ। ਬਸ ਗੁਰੂ ਹੀ ਸਰਬੱਗ ਹੈ, ਨਾ ਮੈਂ ਨਾ ਕੋਈ ਹੋਰ, ਕੋਈ ਸਰਬੱਗ ਨਹੀਂ ਹੈ। ਦੇਖੋ ਸਿੱਖ ਦੀ ਨਿਮਰਤਾ, ਐਡੀ ਵੱਡੀ ਪਦਵੀ ਪ੍ਰਾਪਤ ਕਰਕੇ ਸਿੱਖ ਦੇ ਬੋਲ ਦੇਖੋ ਕੈਸੇ ਨੇ। ਸੰਸਾਰ ਦੀ ਹਾਲਤ ਕੀ ਹੈ, ਜਬ ਕੁਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਐਡਾ ਵੱਡਾ ਮਾਣ ਪ੍ਰਾਪਤ ਹੋ ਜਾਣਾ ਕਲਗੀ ਬਾਰੇ ਤਾਂ ਸਤਿਗੁਰੂ ਦਾ ਕਿਤੇ ਥਾਪੜਾ ਹਾਥੀ ਕਿਸੇ ਦੇ ਪਿੱਠ ਤੇ ਜਾ ਟਿਕਦਾ ਸੀ, ਉਹ ਕਹਿੰਦਾ ਸੀ ਮੇਰੀ ਕਲਿਆਣ ਹੋ ਗਈ। ਸਤਿਗੁਰੂ ਦੀ ਨਿਗਾਹ ਕਿਸੇ ਵੱਲ ਹੋ ਜਾਂਦੀ ਸੀ, ਪਲ ਵਿੱਚ ਕਰਕੇ ਨਜ਼ਰ ਮਿਹਰ ਦੀ ਬਖਸ਼ੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸਿਰ ਸ਼ਾਹ ਵਡੇਰੇ ਜੋ ਉਸ ਦੇ ਮਸਤਾਨੇ। ਤੇ ਇਹ ਮਾਣ ਪ੍ਰਾਪਤ ਕਰਕੇ ਭਾਈ ਦਇਆ ਸਿੰਘ ਕਹਿੰਦੇ ਗੁਰੂ ਪਿਆਰਿਓ, ਇਹ ਮੇਰੇ ਸ਼ਹਿਨਸ਼ਾਹ ਦੀ ਆਦਤ ਹੈ, ਇਹ ਮੇਰੇ ਸ਼ਹਿਨਸ਼ਾਹ ਦਾ ਸੁਭਾਅ ਹੈ ਕਿ ਨੀਚੋਂ ਊਚ ਕਰੇ ਮੇਰਾ ਗੋਬਿੰਦ, ਨੀਵਿਆਂ ਨੂੰ ਉੱਚੇ ਕਰਦਾ ਹੈ। ਇਹ ਐਸੇ ਕਰਤਵ ਪਰਮਾਤਮਾ ਅੱਜ ਤੋਂ ਨਹੀਂ ਮੁੱਢ ਕਦੀਮਾਂ ਤੋਂ ਕਰਦਾ ਆਇਆ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ ਗੁਸਈਆਂ, ਮੇਰੇ ਮਾਥੇ ਛਤਰ ਤਰੇ, ਇਹ ਮੇਰੇ ਮੱਥੇ ਤੇ ਛਤਰ ਧਰਨ ਵਾਲੇ ਸ਼ਹਿਨਸ਼ਾਹ। ਜਦੋਂ ਗੁਰੂ ਇਹ ਬਚਨ ਕਰਦਾ ਸੀ, ਭਾਈ ਦਇਆ ਸਿੰਘ ਕਹਿੰਦੇ ਮੇਰੀ ਨੀਵੀਂ ਪੈ ਗਈ, ਮੇਰੀ ਧੌਣ ਚੁੱਕ ਗਈ ਸੱਚੇ ਪਾਤਸ਼ਾਹ। ਮੈਂ ਉਸ ਵੇਲੇ ਵੀ ਬਚਨ ਕੀਤੇ ਸਨ ਜਦੋਂ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਸਾਡੇ ਪੰਜਾਂ ਦੇ ਅੱਗੇ ਕਿਹਾ ਸੀ ਖਲੋ ਕੇ ਕਿ ਮੈਨੂੰ ਵੀ ਅੰਮ੍ਰਿਤ ਛਕਾਓ।
ਭਾਈ ਦਇਆ ਸਿੰਘ ਵੈਰਾਗ ਵਿੱਚ ਆ ਗਏ ਸਨ। ਅੱਖਾਂ ਸਜਲ ਹੋ ਗਈਆਂ, ਹੱਥ ਜੋੜ ਕੇ ਕਹਿੰਦੇ, ਪਾਤਸ਼ਾਹ ਇਹ ਕੀ ਕਰਨ ਲੱਗੇ ਹੋ? ਨੀਚਨ ਜਨਤਨ ਕੇ ਹਮ ਬਾਰਕ, ਅਸੀਂ ਨੀਚ ਕੁਲਾਂ ਵਿੱਚ ਪੈਦਾ ਹੋਏ, ਗਰੀਬ ਘਰਾਣਿਆਂ ਵਿੱਚ ਪੈਦਾ ਹੋਏ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਅਸੀਂ ਉਹ ਹਾਂ ਜਿਨ੍ਹਾਂ ਦੀ ਸੰਸਾਰ ਵਿੱਚ ਕੋਈ ਫੁੱਟੀ ਕੌਡੀ ਕੀਮਤ ਨਹੀਂ ਸੀ। ਪਰ ਅੱਜ ਸ਼ਹਿਨਸ਼ਾਹ ਤੂੰ ਸਾਨੂੰ ਇੰਨਾ ਮਾਣ ਦੇ ਦਿੱਤਾ, ਪੰਜ ਪਿਆਰਿਆਂ ਦੀ ਪਦਵੀ ਦੇ ਦਿੱਤੀ, ਤੇ ਪਦਵੀ ਤਾਂ ਇਹੀ ਬਹੁਤ ਵੱਡੀ ਸੀ, ਤੇ ਹੱਥ ਜੋੜ ਕੇ ਖੜੇ ਹੋ ਗਏ ਤੁਸੀਂ ਸਾਡੇ ਅੱਗੇ। ਨੀਚਨ ਜਨਤਨ ਕੇ ਹਮ ਬਾਰਕ, ਤੋ ਕਿਰਪਾ ਕਰ ਤੋਹੇ ਨਿਵਾਜੇ, ਤੇਰੀ ਕਿਰਪਾ ਦੇ ਨਾਲ ਹੀ ਅਸੀਂ ਨਿਵਾਜੇ ਗਏ ਹਾਂ, ਤੇ ਤੁਸੀਂ ਆਪ ਹੱਥ ਜੋੜ ਕੇ ਕਿਉਂ ਖੜੇ ਹੋ ਗਏ? ਸੋ ਗੁਰ ਪੂਰਨ, ਉਹ ਜਿਹੜਾ ਗੁਰੂ ਹਰ ਪੱਖ ਵਿੱਚ ਪੂਰਾ ਹੈ, ਸੋ ਗੁਰ ਪੂਰਨ ਅੰਮ੍ਰਿਤ ਮਾਂਗਤ ਖਾਲਸੇ ਅਗਰ ਖਰਿਓ ਕਰ ਜੋਰੀ, ਹੱਥ ਜੋੜ ਕੇ ਖੜਿਆ ਕਿ ਨਹੀਂ ਬਈ ਮੈਨੂੰ ਇਹ ਦਾਤ ਅਜੇ ਪ੍ਰਾਪਤ ਨਹੀਂ ਹੋਈ, ਸੰਸਾਰ ਨੂੰ ਦੱਸਣਾ ਸੀ ਅੰਮ੍ਰਿਤ ਕੀ ਚੀਜ਼ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਪਾਵਨ ਅੰਮ੍ਰਿਤ ਬਚਨਾਂ ਦੀ ਵਿਆਖਿਆ ਕਹਿੰਦੇ, ਕਰਮ ਕਥਾ ਤੋਂ ਪਹਿਲਾਂ ਹੀ ਬਾਤ ਸਮਝ ਲਓ, ਦਇਆ ਸਿੰਘ ਕੀ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ। ਹਾਂਜੀ, ਹਮ ਦਿਨ ਅਗਰ ਕਹਾਂ ਅਲਪਗੈ, ਤੇ ਸਰਬ ਪ੍ਰਕਾਰ ਗੁਰੂ ਸਰਵਗਿਆ ਹੈ। ਸਰਵਗਿਆ ਦਾ ਅਰਥ ਹੁੰਦਾ ਹੈ ਸਰਬ ਦਾ ਗਿਆਤਾ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ। ਸਰਵਗ ਦਾ ਅਰਥ ਹੈ ਸਮਰੱਥ, ਘਟ ਘਟ ਕੇ ਅੰਤਰ ਕੀ ਜਾਣਤ ਨੂੰ ਸਮਰੱਥ ਕਹਿੰਦੇ ਨੇ। ਅੰਤਰ ਜਾਮੀ ਸਭ ਕੁਛ ਜਾਣੈ, ਗੁਰੂ ਹੈ ਸਮਰੱਥ, ਗੁਰੂ ਹੈ ਸਰਵਗਿਆ। ਹਮ ਤਿਨ ਅਗਰ ਕਹਾਂ ਅਲਪਗਿਆ, ਅਸੀਂ ਤਾਂ ਗੁਰੂ ਦੇ ਅੱਗੇ ਅਲਪਗ ਕਹਿੰਦੇ ਨੇ ਅਗਿਆਨੀ ਨੂੰ। ਅਲਪ ਗਿਆਨ ਦਾ ਮਾਲਕ ਅਲਪ ਥੋੜਾ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵਹੁ। ਭਾਈ ਦਇਆ ਸਿੰਘ ਦੇ ਬੋਲਾਂ ਵਿੱਚ ਗੁਰਬਾਣੀ ਦੇ ਸਿਧਾਂਤ ਬੋਲਦੇ ਨੇ, ਜੇਤਾ ਬੋਲਣ ਤੇਤਾ ਗਿਆਨ। ਸਿੱਖ ਕਦੇ ਵੀ ਆਪਣੀ ਮਤ ਦੇ ਨਾਲ ਨਹੀਂ ਬੋਲਦਾ, ਉਹ ਗੁਰੂ ਦੀ ਮਤ ਵਿੱਚ ਬੋਲਦਾ। ਭਾਈ ਦਇਆ ਸਿੰਘ ਜੀ ਕੀ ਜੇ ਕਹਿ ਰਹੇ ਨੇ ਤਾਂ ਪਿੱਛੇ ਗੁਰਬਾਣੀ ਦੀਆਂ ਸੈਂਕੜੇ ਤੁਕਾਂ ਇਹਦੀ ਗਵਾਹੀ ਦੇਣ ਵਾਲੀਆਂ ਨੇ ਕਿ ਭਾਈ ਦਇਆ ਸਿੰਘ ਜੋ ਕੁਛ ਕਿਹਾ ਹੈ, ਅਸੀਂ ਅਲਪਗ ਹਾਂ ਜਿਹੜੇ ਜੀਵ। ਭਾਈ ਦਇਆ ਸਿੰਘ ਨੇ ਇਹ ਪਹਿਲਾਂ ਸਪਸ਼ਟ ਕਰਨਾ ਸ਼ੁਰੂ ਕੀਤਾ। ਤਿਮ ਬੋਲੋ ਮੈਂ ਜਥਾ ਬੁਲਾਵੈ। ਹਾਂ, ਇੱਕ ਬਾਤ ਜ਼ਰੂਰ ਹੈ, ਮੈਂ ਜਿਸ ਦਿਨ ਅੰਮ੍ਰਿਤ ਪਾਨ ਕੀਤਾ ਸੀ, ਜਿਸ ਦਿਨ ਸੀਸ ਅਰਪਣ ਕੀਤਾ, ਉਸ ਦਿਨ ਦਇਆ ਸਿੰਘ ਤਾਂ ਮਰ ਚੁੱਕਾ ਹੈ। ਇਹ ਜਿਹੜਾ ਤੁਹਾਡੇ ਸਾਹਮਣੇ ਖੜਾ ਹੈ, ਇਹ ਤਾਂ ਇੱਕ ਐਵੇਂ ਮਿੱਟੀ ਦਾ ਖਿਡਾਉਣਾ, ਮੇਰੇ ਪਾਤਸ਼ਾਹ ਨੇ ਕੋਈ ਖੇਡ ਇਹਦੇ ਦੁਆਰਾ ਜੈਸੀਆਂ ਖੇਡਾਂ ਖੇਡਣੀਆਂ ਨੇ ਖੇਡੇ, ਇਹ ਤਾਂ ਕਠਪੁਤਲੀ ਹੈ ਮੇਰੇ ਸ਼ਹਿਨਸ਼ਾਹ ਦੀ। ਮੈਂ ਕੁਛ ਵੀ ਨਹੀਂ ਹਾਂ, ਮੈਂ ਨਾ ਹੀ, ਪ੍ਰਭ ਸਭ ਕੁਛ ਤੇਰਾ, ਸਭ ਕੁਛ ਹੀ ਉਸਦਾ ਹੈ। ਸੋ ਇਸ ਵਾਸਤੇ ਕਬੀਰ, ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਦਇਆ ਸਿੰਘ ਦਾ ਸਰੀਰ ਵੀ ਦੇ ਦਇਆ ਸਿੰਘ ਦਾ ਨਹੀਂ, ਇਹ ਮੈਂ ਹੁਣ ਗੁਰੂ ਨੂੰ ਅਰਪਣ ਕਰ ਦਿੱਤਾ ਹੈ, ਤਾਨ ਮਾਨ ਧਨ
ਸਭ ਸੌਂਪ ਗੁਰ ਕੋ ਤੇ ਹੁਕਮ ਹੋ ਗਿਆ। ਇਸ ਕਰਕੇ ਹੁਕਮ ਮੰਨਿਆ ਭਾਈਏ, ਮੈਂ ਹੁਕਮ ਤਾਂ ਮੰਨਾਂਗਾ ਸ਼ਹਿਨਸ਼ਾਹ ਦਾ, ਇਹ ਕਦੀ ਅਵਗਿਆ ਨਹੀਂ ਕਰ ਸਕਦਾ ਕਿ ਕਲਗੀ ਵਾਲੇ ਸਤਿਗੁਰੂ ਦਾ ਹੋਵੇ ਹੁਕਮ ਤੇ ਮੰਨਿਆ ਨਾ ਜਾਏ। ਕਲਗੀ ਵਾਲੇ ਸਤਿਗੁਰੂ ਦਾ ਹੁਕਮ ਧਰਮ ਰਾਜ ਦੀ ਕਚਹਿਰੀ ਤੱਕ ਇੱਥੋਂ ਬਚਨ ਕਰ ਦੇਣ, ਜਾ ਕਾ ਕਹਿਆ ਦਰਗਾਹ ਚੱਲਿਆ ਉੱਥੇ ਵੀ ਹੁਕਮ ਚੱਲ ਰਿਹਾ ਪਾਤਸ਼ਾਹ ਦਾ। ਇਹ ਕਦੀ ਨਹੀਂ ਹੋ ਸਕਦਾ ਕਿ ਹੁਕਮ ਦੀ ਅਵਗਿਆ ਹੋ ਜਾਏ। ਗੁਰਸਿੱਖੀ ਦਾ ਸਿੱਖਣਾ, ਗੁਰ ਫਰਮਾਏ ਗੁਰਸਿੱਖ ਕਰਨਾ, ਗੁਰਸਿੱਖੀ ਹੈ ਕੀ ਹੋਰ? ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ, ਗੁਰ ਕਹਿਆ ਸਾਕਾਰ ਕਮਾਵੋ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਬਸ ਸੇਵਕ ਦਾ ਇੱਕੋ ਹੀ ਕੰਮ ਹੈ, ਹੁਕਮ ਮੰਨਣਾ, ਕਿੰਤੂ ਨਹੀਂ ਕਰਨਾ। ਗੁਰੂ ਕੀ ਕਰਾ ਰਿਹਾ ਕੀ ਨਹੀਂ ਕਰਾਉਣਾ, ਬਸ ਜੋ ਹੁਕਮ ਹੋ ਗਿਆ। ਤ੍ਰੇਤੇ ਯੁੱਗ ਦੇ ਇਤਿਹਾਸ ਵਿੱਚ ਇੱਕ ਬਾਤ ਆਉਂਦੀ ਹੈ ਇਸ ਗੱਲ ਦੇ ਨਾਲ ਮੇਲ ਖਾਣ ਵਾਲੀ। ਭਗਵਾਨ ਰਾਮ ਜੀ ਪੁੱਛਦੇ ਨੇ ਹਨੂੰਮਾਨ ਨੂੰ, ਕਹਿੰਦੇ ਹਨੂੰਮਾਨ ਹਾਂ ਮਹਾਰਾਜ। ਕਹਿੰਦੇ ਇਹ ਦੱਸ ਦੁਨੀਆਂ ਵਿੱਚ ਸਭ ਤੋਂ ਕਠਿਨ ਕਾਰਿਆ ਕਿਹੜਾ ਹੈ? ਸੋਚ ਕੇ ਦੱਸੋ। ਕਹਿਣ ਲੱਗੇ ਦੇਖ, ਜਿਹੜੇ ਭਗਤ ਹੁੰਦੇ ਹੈ ਕੁਝ ਸਵਾਲਾਂ ਦੇ ਉੱਤਰ ਭਗਤ ਹੀ ਦੇ ਸਕਦੇ ਨਾ, ਵਿਦਵਾਨ ਵੀ ਫੇਲ ਹੋ ਜਾਂਦਾ। ਵਿਦਵਾਨ ਨੂੰ ਵਿਦਿਆ ਦਾ ਮਾਣ ਹੁੰਦਾ, ਭਗਤੀ ਵਾਲੇ ਨੂੰ ਅਨੁਭਵ ਗਿਆਨ ਹੁੰਦਾ। ਕਹਿੰਦੇ ਸੋਚ ਕੇ ਦੱਸ। ਹੁਣ ਉਹਦਾ ਪ੍ਰੈਕਟੀਕਲ ਸੀ, ਉਹਨੂੰ ਇਹ ਉੱਤਰ ਦੇਣਾ ਕੋਈ ਔਖਾ ਨਹੀਂ ਸੀ। ਕਹਿੰਦਾ ਮੇਰੇ ਰਾਮ, ਸੰਸਾਰ ਜਿਹਨਾਂ ਨੂੰ ਬਹੁਤ ਵੱਡੇ ਵੱਡੇ ਕੰਮ ਕਹਿੰਦਾ, ਮੇਰੀ ਜ਼ਿੰਦਗੀ ਦੇ ਅੰਦਰ ਵਰਤੀਆਂ ਘਟਨਾਵਾਂ ਗਵਾਹ ਹਨ ਮੇਰੇ ਰਾਮ ਜੀ। ਸਮੁੰਦਰ ਪਾਰ ਕਰਨਾ ਸੌਖਾ ਜਿਹਾ ਨਹੀਂ ਹੁੰਦਾ, ਤੁਸੀਂ ਪੁਲ ਬੰਨ ਕੇ ਗਏ ਤੇ ਮੈਂ ਇੱਕ ਛਾਲ ਦੇ ਨਾਲ ਸਾਰਾ ਸਮੁੰਦਰ ਪਾਰ ਕਰ ਗਿਆ ਸੀ। ਮੇਰੇ ਵਾਸਤੇ ਇਹ ਕੰਮ ਔਖਾ ਵੀ ਔਖਾ ਨਹੀਂ ਲੱਗਿਆ। ਸਿਧਾਂਤ ਵਿੱਚ ਐਸਾ ਹੈ ਕਿ ਹਰ ਜੀ ਸੇ ਹਰ ਜਨ ਵਡੇ, ਹਰ ਜੀ ਸੇ ਹਰ ਜਨ ਵਡੇ, ਯਹੀ ਨੇਤ ਭਗਵਾਨ, ਰਾਮ ਗਏ ਪੁਲ ਬਾਂਧ ਕੇ, ਕੂਦ ਪਰੇ ਹਨੂੰਮਾਨ। ਕਹਿਣਗੇ ਦੇਖੋ, ਥੋੜਾ ਜਿਹਾ ਵਜਨ ਚੱਕਣਾ ਬੜਾ ਔਖਾ ਹੈ, ਪਰ ਮੈਂ ਸਾਰਾ ਪਰਬਤ ਚੁੱਕ ਕੇ ਲਿਆ, ਮੈਨੂੰ ਔਖਾ ਨਹੀਂ ਲੱਗਿਆ। ਸਮੁੰਦਰ ਤੇ ਪਾਰ ਲੰਘਣਾ ਔਖਾ ਨਹੀਂ ਲੱਗਿਆ, ਸੀਤਾ ਦੀ ਖਬਰ ਲਿਆਉਣੀ ਮੈਨੂੰ ਔਖੀ ਨਹੀਂ ਲੱਗੀ, ਪਰ ਮੈਨੂੰ ਇੱਕ ਕੰਮ ਬੜਾ ਔਖਾ ਲੱਗਦਾ, ਐ ਮੇਰੇ ਰਾਮ, ਸੰਸਾਰ ਦੇ ਵਿੱਚ ਸੇਵਕ ਬਣਨਾ ਸਭ ਤੋਂ ਔਖਾ ਹੈ। ਸਭ ਸੇਵਕ ਕਰਮ ਕਠੋਰਾ, ਸੇਵਕ ਦਾ ਧਰਮ ਸਭ ਤੋਂ ਕਠਿਨ ਹੈ। ਕਿਉਂ? ਦਿਨੋਂ ਦਿਨ ਦੁਨੀਆ ਕਹਿੰਦੀ ਹੈ, ਪਰ ਜੇ ਮਾਲਕ ਦਾ ਹੁਕਮ ਹੋ ਜਾਏ ਕਿ ਦਿਨ ਨੂੰ ਰਾਤ ਕਹਿ, ਸੇਵਕ ਨੂੰ ਰਾਤ ਕਹਿਣਾ ਪੈਂਦਾ। ਰਾਤ ਨੂੰ ਰਾਤ ਦੁਨੀਆ ਕਹਿੰਦੀ ਹੈ,
ਜੇ ਗੁਰੂ ਦੀ ਖੁਸ਼ੀ ਰਾਤ ਨੂੰ ਦਿਨ ਕਹਿਣ ਵਿੱਚ ਹੋਵੇ ਤਾਂ ਸੇਵਕ ਨੂੰ ਇਹੀ ਕਹਿਣਾ ਪੈਂਦਾ ਜੀ ਦਿਨ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਬਸ ਸਿੱਖ ਦਾ ਕਰਤਵ ਇੱਕੋ ਹੀ ਹੈ, ਜੋ ਗੁਰੂ ਨੇ ਕਹਿ ਦਿੱਤਾ ਉਹ ਕਰ। ਅੱਜ ਤਾਂ ਸਿੱਖ ਗੁਰੂ ਨੂੰ ਚੈਲੰਜ ਕਰਦਾ, ਕਹਿੰਦਾ ਜੇ ਗੁਰੂ ਆਪ ਆ ਕੇ ਵੀ ਮੈਨੂੰ ਆਹ ਗੱਲ ਕਹਿ ਦੇਵੇ ਨਾ, ਅਖੇ ਮੈਂ ਨਹੀਂ ਮੰਨੂੰਗਾ। ਇਹ ਗੁਰੂ ਤੇਰੇ ਵਰਗਿਆਂ ਵਾਸਤੇ ਆਊਗਾ ਫਿਰ? ਤੈਨੂੰ ਤਾਂ ਗੁਰੂ ਸੁਪਨੇ 'ਚ ਵੀ ਨਹੀਂ ਦਿਸ ਸਕਦਾ, ਜਿਹਦਾ ਇੰਨਾ ਕਠੋਰ ਚਿੱਤ ਹੈ ਵੀ ਜੇ ਗੁਰੂ ਵੀ ਆ ਕੇ ਕਹੇ ਮੈਂ ਤਾਂ ਵੀ ਨਹੀਂ ਮੰਨਦਾ। ਏਦੋ ਵੱਡਾ ਗਿਆਨ ਕੀ ਹੋਏ? ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਨਾ, ਮੈਂ ਕੁਛ ਨਹੀਂ ਹਾਂ ਤੇ ਮੈਂ ਤਾਂ ਕਠ ਪੁਤਲੀ ਹਾਂ, ਜਿਵੇਂ ਮੈਨੂੰ ਜਿਉਂ ਬੁਲਾਵੇ ਤਿਉਂ ਬੋਲ ਹੈ ਸਵਾਮੀ, ਕੁਦਰਤ ਕਵਨ ਹਮਾਰੀ। ਜੋ ਕਰਮ ਕਥਾ ਗੁਰੂ ਨੇ ਕਹਾਉਣੀ ਹੈ ਮੇਰੇ ਕੋਲੋਂ, ਮੈਂ ਸਰੀਰ ਹਾਜ਼ਰ ਕਰ ਦਿੱਤਾ ਹੈ। ਜਿਵੇਂ ਗੁਰੂ ਬੁਲਾਏਗਾ ਮੈਂ ਉਵੇਂ ਬੋਲਾਂਗਾ। ਨਰ ਪੁਤਲੀ ਕੋ ਜਥਾ ਨਚਾਵੇ, ਜਿਵੇਂ ਪੁਤਲੀਆਂ ਦਾ ਤਮਾਸ਼ਾ ਕਰਨ ਵਾਲਾ ਜਿਵੇਂ ਪੁਤਲੀਆਂ ਨੂੰ ਹਰਕਤ ਕਰਦਾ, ਡੋਰ ਉਹਦੇ ਹੱਥ ਵਿੱਚ ਹੈ, ਉਵੇਂ ਨੱਚਦੀਆਂ ਹਨ। ਕਾਠ ਕੀ ਪੁਤਲੀ ਕਹਾਂ ਕਰੇ ਵਪਰੀ, ਖਿਲਾ ਬਨਹਾਰ ਹੋ ਜਾਂਦਾ। ਮੈਂ ਤਾਂ ਸ਼ਹਿਨਸ਼ਾਹ ਦੀ ਕਠ ਪੁਤਲੀ ਹਾਂ, ਸੋ ਨਿਜ ਮੁਖ ਬੋਲ ਸੁਣਾਵੇ ਹੈ, ਤੇ ਉਹੀ ਬੋਲ ਕੇ ਸੁਣਾਵਾਂਗਾ। ਮੈਂ ਤਾਂ ਕਠ ਪੁਤਲੀ ਹਾਂ, ਲੋਕ ਲਖੈ ਪੁਤਲੀ ਸੋ ਅਲਾਵੇ ਹੈ। ਤੇ ਲੋਕਾਂ ਨੂੰ ਪੁਤਲੀ ਦੇਖ ਕੇ ਹੁੰਦੀ ਹੈ ਵੀ ਆਪ ਨੱਚ ਰਹੀ ਹੈ, ਮੈਨੂੰ ਤੁਸੀਂ ਦੇਖੋਗੇ ਵੀ ਸ਼ਾਇਦ ਮੈਂ ਗਿਆਨ ਦੀ ਗੱਲ ਸੁਣਨ। ਨਹੀਂ ਭਾਈ, ਭੁੱਲ ਜਾਓ, ਤੇ ਮੈਂ ਤਾਂ ਉਹ ਸ਼ਹਿਨਸ਼ਾਹ ਦੀ ਆਗਿਆ ਮੰਨ ਕੇ ਸਰੀਰ ਹਾਜ਼ਰ ਕੀਤਾ, ਬੋਲੇਗਾ ਮੇਰਾ ਸ਼ਹਿਨਸ਼ਾਹ। ਪੂਰਬ ਸੁਣੋ ਕਰਮ ਕੀ ਗਾਥਾ, ਤੇ ਸਭ ਤੋਂ ਪਹਿਲਾਂ ਹੁਣ ਕਰਮ ਦੀ ਕਥਾ ਸੁਣੋ ਭਾਈ ਸਾਹਿਬ ਕੇ, ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ। ਪੂਰਬ ਸੁਣੋ ਕਰਮ ਕੀ ਗਾਥਾ, ਸੁਣਨਾ ਕਰੋ। ਨਰਕ ਸੁਰਗ ਹੋਏ ਜਿਨ ਪਲ ਸਾਥਾ, ਜਿਹਨਾਂ ਕਰਮਾਂ ਕਰਕੇ ਨਰਕ ਮਿਲਦਾ ਉਹ ਵੀ ਕਰਮ, ਜਿਹਨਾਂ ਕਰਮਾਂ ਕਰਕੇ ਸਵਰਗ ਮਿਲਦਾ ਉਹ ਵੀ ਕਰਮ, ਜਿਹਨਾਂ ਕਰਮ ਕੇ ਸੰਬੰਧੀਆਂ ਦਾ ਮੇਲ ਹੁੰਦਾ ਹੈ ਉਹ ਵੀ ਕਰਮ, ਜਿਹੜੇ ਕਰਕੇ ਸੰਬੰਧੀ ਵਿਛੜ ਜਾਂਦੇ ਨੇ ਉਹ ਵੀ ਕਰਮ। ਇਹ ਸਭ ਕੁਛ ਕਰਮ ਦੀ ਖੇਡ ਹੈ ਸੰਸਾਰ ਵਿੱਚ। ਸਾਡਾ ਸਰੀਰ ਵੀ ਕਰਮ ਦਾ ਬਣਿਆ ਹੋਇਆ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਇੱਥੋਂ ਇੱਕ ਕਥਾ ਆਰੰਭ ਹੁੰਦੀ ਹੈ, ਸੁਣਨਾ ਕਰੋ। ਸੋ ਨਿਜ ਮੁਖ ਬੋਲ ਸੁਣਾਵੇ ਹੈ, ਉਹ ਪੁਤਲੀ ਦੀ ਨਿਆਈ ਮੈਂ ਉਹੀ ਮੁਖ ਤੋਂ ਬੋਲ ਕੇ ਸੁਣਾਉਂਦਾ ਹਾਂ। ਲੋਕ ਲਗਾ ਹੈ ਪੁਤਲੀ ਸੋ ਅਲਾਵੇ ਹੈ, ਪੁਤਲੀ ਦੀ ਨਿਆਈ ਤੁਸੀਂ ਇਹ ਨਾ ਭੁਲੇਖਾ ਸਮਝਿਓ ਕਿ ਦਇਆ ਸਿੰਘ ਸੁਣਾ ਰਿਹਾ ਮੈਂ ਤਾਂ ਕਠ ਪੁਤਲੀ ਹਾਂ ਗੁਰੂ ਦੇ। ਪੂਰਬ ਸੁਣੋ ਕਰਮ ਕੀ ਗਾਥਾ, ਪੂਰਬ ਨਾਮ ਹੈ ਪਹਿਲਾਂ, ਕਹਿੰਦੇ ਪਹਿਲਾਂ ਕਰਮ ਦੀ ਕਥਾ ਸਰਵਣ ਕਰੋ। ਕਰਮ ਹੈ ਕੀ, ਕਰਮ ਕਿਹਨੂੰ ਕਹਿੰਦੇ ਹਨ? ਨਰਕ ਸੁਰਗ ਹੋਏ ਜਿਨ ਫਲ ਸਾਥਾ, ਤੇ ਕਰਮਾਂ ਦੇ ਅਨੁਸਾਰ ਹੀ ਨਰਕ ਮਿਲਦਾ ਹੈ ਤੇ ਕਰਮ ਦੇ ਅਨੁਸਾਰ ਹੀ ਸਵਰਗ ਮਿਲਦਾ ਹੈ। ਕਰਮ ਦੇ ਅਨੁਸਾਰ ਟਿੱਡੀਆਂ ਪਿਪਲੀਆਂ ਦੀ ਜੋਨ ਮਿਲਦੀ ਹੈ, ਹਾਥੀ ਘੋੜੇ ਮਿਲਦੇ ਨੇ। ਕਰਮ ਦੇ ਅਨੁਸਾਰ ਦੇਵੀ ਦੇਹੀ ਮਿਲਦੀ ਹੈ, ਦੇਵਤਾ ਵੀ ਕਰਮ ਕਰਕੇ ਬਣਦਾ ਹੈ। ਔਰ ਮਨੁੱਖ ਸਰੀਰ ਦੇ ਅੰਦਰ ਵੀ ਅਸੀਂ ਆਏ ਹਾਂ ਤਾਂ ਕਰਮ ਕਰਕੇ ਹੀ ਆਏ ਹਾਂ। ਕਰਮ ਕੀ ਹੈ? ਜੀਵ ਦਾ ਇੱਕ ਖੇਤ ਹੈ, ਕਰਮ ਇੱਕ ਧਰਤੀ ਹੈ, ਜਿਹਦੇ ਵਿੱਚ ਜੈਸਾ ਬੀਜ ਬੀਜਿਆ ਗਿਆ ਉਹੀ ਪ੍ਰਫੁੱਲਤ ਹੁੰਦਾ ਹੈ। ਕਰਮ ਭੂਮੈ ਵੋ ਵੋ ਨਾਮ ਤਾਂ ਕਿਹਾ, ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋਵੈ ਸੋ ਖਾਤ। ਕਰਮ ਦੀ ਗਾਥਾ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ
ਅੰਮ੍ਰਿਤ ਬਾਣੀ ਸ੍ਰੀ ਜਪਜੀ ਸਾਹਿਬ ਵਿੱਚ ਕਥਨ ਕੀਤੀ ਹੈ। ਉੱਥੇ ਸਤਿਗੁਰਾਂ ਦਾ ਪਾਵਨ ਵਚਨ ਹੈ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਫਿਰ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਥਾਂ ਤੇ ਕਰਮ ਦੀ ਥਾਂ ਥਾਂ ਤੇ ਗੱਲ ਹੈ ਤੇ ਕੱਪੜਾ ਵਸਤਰ ਨੂੰ ਕਹਿੰਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਰਮਾਨ ਇਹ ਕੀਤਾ ਹੈ ਕਿ ਦੇਹ ਜਿਹੜੀ ਹੈ ਇੱਕ ਕੱਪੜਾ ਹੈ, ਹੋਰ ਕੁਛ ਵੀ ਨਹੀਂ। ਜੀਵ ਆਤਮਾ ਦੇ ਉੱਡਣ ਵਾਲਾ ਕੱਪੜਾ, ਚਮੜੇ ਦਾ ਇਹ ਕੱਪੜਾ ਜਿਹੜਾ ਤੈਨੂੰ ਮਿਲਿਆ ਹੈ, ਇਹ ਬਾਤ ਸਮਝ। ਜਿਸਨੇ ਦੇਹ ਬਾਰੇ ਸਮਝਣਾ ਹੈ, ਸਰੀਰ ਬਾਰੇ ਸਮਝਣਾ ਹੈ, ਤਾਂ ਉਹ ਕੱਪੜੇ ਬਾਰੇ ਪਹਿਲਾਂ ਸਮਝੇ ਕੱਪੜਾ ਹੈ ਕੀ। ਜਿਹਨੂੰ ਅਸੀਂ ਵਸਤਰ ਕਹਿੰਦੇ ਹਾਂ, ਇੱਕ ਇੱਕ ਧਾਗਾ ਜੋੜ ਕੇ ਨਾਮ ਉਹਦਾ ਵਸਤਰ ਪੈਂਦਾ ਹੈ। ਵਸਤਰ ਵਿੱਚ ਹੈ ਕਿ ਧਾਗੇ ਇਕੱਠੇ ਹੋਏ ਹੋਏ ਨੇ, ਇਕੱਠੇ ਹੋਏ ਧਾਗਿਆਂ ਨੂੰ ਵਸਤਰ ਕਹਿ ਰਹੇ, ਤੇ ਜਨਮਾਂ ਜਨਮਾਂਤਰਾਂ ਦੇ ਇਕੱਠੇ ਹੋਏ ਕਰਮ ਨੂੰ ਦੇਹ ਕਹਿੰਦੇ ਆ। ਕਰਮੀ ਆਵੈ ਕੱਪੜਾ, ਦੇਹ ਰੂਪੀ ਕੱਪੜਾ, ਇਹ ਵੀ ਅਨੰਤ ਕਰਮ ਇਕੱਠੇ ਹੋ ਕਰਕੇ ਦੇਹ ਦਾ ਨਿਰਮਾਣ ਹੁੰਦਾ ਹੈ। ਤੇ ਜਿਸ ਵੇਲੇ ਕਰਮ ਜਿਹੜਾ ਹੈ ਫਲ ਦੇਣ ਵਾਸਤੇ ਉਹਦੇ ਹੁੰਦਾ ਹੈ, ਜਿਸ ਵੇਲੇ ਭਾਗ ਵੱਡੇ ਹੁੰਦੇ ਹੈ, ਸ਼ੁਭ ਕਰਮ ਜ਼ਿਆਦਾ ਵੱਧ ਜਾਂਦੇ ਨੇ, ਪਾਪ ਕਰਮ ਘੱਟ ਜਾਣ ਤੇ ਪੁੰਨ ਕਰਮ ਵੱਧ ਜਾਣ, ਉਦੋਂ ਫਿਰ ਇੱਕ ਦੇਹੀ ਪ੍ਰਾਪਤ ਹੁੰਦੀ ਹੈ। ਉਦੋਂ ਉਹ ਵਸਤਰ ਮਿਲਦਾ ਹੈ ਜਿਹੜੇ ਵਸਤਰ ਦਾ ਬੜਾ ਪ੍ਰਭਾਵ ਸੰਸਾਰ ਦੇ ਅੰਦਰ ਹੈ, ਉਸ ਵਸਤਰ ਦੀ ਬੜੀ ਪੂਜਾ ਹੈ, ਤੇ ਉਸ ਵਸਤਰ ਨੂੰ, ਉਸ ਦੇਹ ਨੂੰ ਕਹਿੰਦੇ ਨੇ ਦੇਵ ਦੇਹੀ, ਦੇਵਤਾ। ਉਹਦੇ ਚ ਪੁੰਨ ਜ਼ਿਆਦੇ ਨੇ, ਪਾਪ ਘਟਣ। ਜੇ ਕਹੀਏ ਵੀ ਪਾਪ ਉਹਦੇ ਚ ਹੈ ਹੀ ਨਹੀਂ ਤਾਂ ਗਲਤ ਬਾਤ ਹੈ। ਪਾਪ ਹੈ ਪਰ ਨਿਊਨ, ਉਹਨਾਂ ਦਾ ਫਲ ਸੁੱਖ ਮਿਲ ਰਹੇ ਨੇ। ਦੇਵ ਦੇਹੀ ਵਿੱਚ ਅਨੰਤ ਕਿਸਮ ਦੇ ਸੁੱਖ, ਔਰ ਦੇਵ ਦੇਹੀ ਦੇ ਵਿੱਚ ਤਿੰਨ ਪ੍ਰਕਾਰ ਦੇ ਦੁੱਖ, ਨੰਬਰ ਵਾਰ ਅਸਹਿਤਾ, ਖਿਆਤਾ, ਖੀਨਤਾ, ਤਿੰਨ ਪ੍ਰਕਾਰ ਦੇ ਦੁੱਖ ਨੇ। ਈਰਖਾ ਵੀ ਹੈ, ਹੰਕਾਰ ਵੀ ਹੈ, ਤੇ ਭੈ ਵੀ ਹੈ। ਆਪ ਤੇ ਵੱਡੇ ਨੂੰ ਦੇਖ ਕਰਕੇ, ਬਰਾਬਰ ਦੇ ਨੂੰ ਦੇਖ ਕਰਕੇ, ਨੀਵੇਂ ਨੂੰ ਦੇਖ ਕਰਕੇ, ਇਹ ਉਹਨਾਂ ਦੇ ਹਿਰਦੇ ਚ ਉਤਪੰਨ ਹੁੰਦੇ ਰਹਿੰਦੇ। ਤਿੰਨ ਪ੍ਰਕਾਰ ਦੇ ਦੁੱਖ ਉੱਥੇ ਵੀ ਦੇਵ ਦੇਹੀ ਚ ਹੈ। ਈਰਖਾ ਉੱਥੇ ਵੀ ਹੈ, ਹੰਕਾਰ ਉੱਥੇ ਵੀ ਹੈ। ਆਪ ਤੋਂ ਨੀਵਿਆਂ ਨੂੰ ਦੇਖ ਕੇ ਹੰਕਾਰ ਪੈਦਾ ਹੁੰਦਾ ਹੈ, ਬਰਾਬਰਦਿਆਂ ਨੂੰ ਦੇਖ ਕੇ ਈਰਖਾ ਪੈਦਾ ਹੁੰਦੀ ਹੈ, ਵੱਡਿਆਂ ਨੂੰ ਦੇਖ ਕੇ ਭੈ ਪੈਦਾ ਹੁੰਦਾ ਹੈ। ਇਸ ਵਾਸਤੇ ਦੇਵ ਦੇਹੀ ਕੋਈ ਬਹੁਤ ਵੱਡੀ ਬਾਤ ਨਹੀਂ ਹੈ, ਔਰ ਦੇਵ ਦੇਹੀ ਦੇ ਅੰਦਰ ਤਰੱਕੀ ਦਾ ਇੱਕ ਵੀ ਸਾਧਨ ਨਹੀਂ ਹੈ। ਜ਼ਿੰਦਗੀ ਬ੍ਰੇਕ ਹੋ ਜਾਂਦੀ ਹੈ, ਜਿੰਨੇ ਪੁੰਨ ਕਰਕੇ ਦੇਹ ਦੇਹੀ ਮਿਲਣੀ ਸੀ ਮਿਲ ਗਈ, ਉਸ ਤੋਂ ਬਾਅਦ ਪੁੰਨ ਘਟ ਰਹੇ ਨੇ, ਔਰ ਇੱਕ ਬੜਾ ਭਾਰੀ
ਦੇਵ ਦੇਹੀ ਵਿੱਚ ਦੁੱਖ ਹੈ ਜਿਹੜਾ ਮਨੁੱਖਾ ਸਰੀਰ ਵਿੱਚ ਨਹੀਂ ਹੈ। ਦੇਵ ਦੇਹੀ ਜਿਸ ਵੇਲੇ ਮਿਲਦੀ ਹੈ ਇਹਨੂੰ ਪੁੰਨ ਰੂਪ ਦੇਹੀ ਕਹਿੰਦੇ ਨੇ। ਦੇਵ ਦੇਹੀ ਜਦੋਂ ਮਿਲਦੀ ਹੈ ਇਹਦੇ ਮਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ ਵੀ ਇੰਨੇ ਵਰੇ ਤੱਕ ਤੂੰ ਜਿਉਂਦਾ ਰਹੇਗਾ ਤੇ ਉਹ ਆਪਣੀ ਮੌਤ ਦੇ ਦਿਨ ਗਿਣਦਾ ਹੈ। ਹਰ ਰੋਜ਼ ਦੁਖੀ ਹੁੰਦਾ ਹੈ ਮਨੁੱਖ। ਇੱਕ ਪਲ ਬਾਅਦ ਭਾਵੇਂ ਮਰ ਜਾਏ ਪਰ ਸੁਖੀ ਤਾਂ ਹੈ, ਪਤਾ ਤਾਂ ਨਹੀਂ ਵੀ ਕਦੋਂ ਮਰਨਾ। ਦੇਵ ਦੇਹੀ ਵਾਲਿਆਂ ਨੂੰ ਇਹ ਵੱਡਾ ਰੋਗ ਲੱਗਿਆ ਹੋਇਆ। ਫਿਰ ਤਰੱਕੀ ਦਾ ਸਾਧਨ ਕੋਈ ਨਹੀਂ, ਕੋਈ ਪੁੰਨ ਕਰਨ ਪੁੰਨ ਨਹੀਂ ਲੱਗਦਾ, ਤਰੱਕੀ ਹੈ ਹੀ ਨਹੀਂ ਉੱਥੇ, ਪਾਪ ਕਰਨ ਪਾਪ ਨਹੀਂ ਲੱਗਦਾ। ਉਸ ਦੇਹੀ ਤੋਂ ਨਿਕਲ ਕੇ ਫਿਰ ਪੁੰਨ ਪਾਪ ਦੀ ਵਾਰ, ਉਹ ਤਾਂ ਪੁੰਨ ਭੋਗਣ ਵਾਸਤੇ ਗਏ ਆ ਉੱਥੇ, ਕੁਛ ਪਾਪਾਂ ਦਾ ਫਲ ਵੀ ਹੈ। ਉਸ ਤੋਂ ਬਾਅਦ ਤਿਰਗਤ ਜੂਨਾਂ ਜਿਹੜੀਆਂ ਨੇ, ਨਿਊਨ ਜੂਨਾਂ ਜਿਹੜੀਆਂ ਨੇ, ਇਸ ਦੇਹੀ ਦੇ ਅੰਦਰ ਪਾਪ ਦਾ ਫਲ ਅਧਿਕ ਹੈ ਤੇ ਪੁੰਨ ਘਟ ਗਏ, ਪਾਪ ਬਹੁਤ ਵੱਧ ਗਏ। ਫਿਰ ਪਏ ਕੀੜੇ ਮਕੌੜੇ ਸੱਪ ਠੂਏ, ਪਤਾ ਨਹੀਂ ਕਿਹੜੀ ਕਿਹੜੀ ਜੂਨ ਪ੍ਰਾਪਤ ਹੋਵੇ। ਤਿਰਗਤ ਜੂਨਾਂ ਮਿਲਦੀਆਂ ਨੇ ਉਸ ਵੇਲੇ। ਜਿਹੜਾ ਉੱਥੇ ਭੋਗਾਨੰਦ ਹੈ, ਜੋ ਖਾਣ ਪੀਣ ਦਾ ਸਵਾਦ ਹੈ, ਸੁੱਖ ਆਰਾਮ ਥੋੜ੍ਹੇ ਬਹੁਤ ਜਿਹੜੇ ਹੈ, ਪਸ਼ੂ ਨੂੰ ਵੀ ਹੈ, ਪੰਛੀ ਨੂੰ ਵੀ ਹੈ, ਕੀੜੇ ਮਕੌੜਿਆਂ ਨੂੰ ਵੀ ਹੈ, ਉਹ ਤਾਂ ਪੁੰਨ ਕਰਮ ਹੈ, ਦੁੱਖ ਵਾਲੇ ਨੇ। ਇਸ ਕਰਕੇ ਉਸ ਦੇਹ ਨੂੰ ਪਾਪਾਂ ਦਾ ਫਲ ਦੱਸਿਆ ਹੈ। ਜਦੋਂ ਕਿਤੇ ਪਾਪ ਅਰ ਪੁੰਨ ਕਰੋੜਾਂ ਯੁੱਗਾਂ ਤੋਂ ਬਾਅਦ, ਪਤਾ ਨਹੀਂ ਕਿੰਨੇ ਕੁ ਯੁੱਗ ਬੀਤਣ ਤੋਂ ਬਾਅਦ ਇਹ ਜੀਵ ਆਤਮਾ ਜਿਹੜਾ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋ ਹੋਇਓ, ਸਬੱਬਾਂ ਨਾਲ ਇਸੇ ਕਰਕੇ ਇਹਨੂੰ ਦੁਰਲੱਭ ਕਿਹਾ, ਜਿਹੜੀ ਕਠਿਨਤਾਈ ਨਾਲ ਪ੍ਰਾਪਤ ਹੋਵੇ। ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰਾਂ ਬਾਰ। ਦੋਨੋਂ ਪਲੜੇ ਪਾਪ ਅਰ ਪੁੰਨ ਦਾ ਬਾਈ ਚਾਂਸ ਉਹ ਕਿਤੇ ਬਰਾਬਰ ਹੁੰਦੇ ਨੇ। ਬਹੁਤ ਸਮੇਂ ਤੋਂ ਬਾਅਦ ਪਾਪ ਤੇ ਪੁੰਨ ਜਦੋਂ ਬਰਾਬਰ ਹੋ ਜਾਣ ਉਦੋਂ ਮਨੁੱਖਾ ਸਰੀਰ ਦਾ ਨਿਰਵਾਣ ਹੁੰਦਾ। ਹੁਣ ਪਲੜੇ ਬਰਾਬਰ ਹੋ ਗਏ, ਪਾਪ ਤੇ ਪੁੰਨ ਸਮਾਨ ਹੋ ਗਏ, ਜੀਵ ਨੂੰ ਅਧਿਕਾਰ ਦੇ ਦਿੱਤਾ ਵੀ ਹੁਣ ਜਿਹੜੇ ਮਰਜ਼ੀ ਪਲੜੇ ਦੇ ਵਿੱਚ ਪਾਪਾਂ ਵਾਲੇ 'ਚ ਪਾਪ ਪਾਉਣੇ ਨੇ ਤਾਂ ਮੁੜ ਕੇ ਵਾਪਸ ਉੱਧਰ ਜਾਏਗਾ ਤ੍ਰਿਗਤ ਜੂਨਾਂ ਵਿੱਚ। ਜੇ ਪੁੰਨ ਕਰਮਾਂ ਵਾਲੇ ਪਲੜੇ ਦੇ ਵਿੱਚ ਕੁਝ ਪਾਉਣਾ ਹੈ ਤਾਂ ਮੁੜ ਕੇ ਫਿਰ ਉੱਥੇ ਜਾਏਗਾ। ਦੇਵ ਦੇਹੀ ਪਤਾ ਨਹੀਂ ਕਿੰਨੀ ਕੁ ਵਾਰ ਮਿਲੀ ਹੈ, ਫਿਰ ਉੱਥੋਂ ਮੁੜੇਗਾ। ਤੇ ਮਨੁੱਖਾ ਸਰੀਰ ਦੇ ਅੰਦਰ ਪਾਪ ਪੁੰਨ ਵਾਲੇ ਪਲੜੇ ਵਿੱਚ ਵਜਨ ਵੀ ਪਾ ਸਕਦਾ ਹੈ ਤੇ ਦੋਨੋਂ ਪਲੜੇ ਵਿਹਲੇ ਵੀ ਕਰ ਸਕਦਾ ਹੈ। ਪਾਪ ਪੁੰਨ ਦੀ ਕਹਾਣੀ ਖਤਮ ਵੀ ਹੋ ਸਕਦੀ ਹੈ, ਨਾ ਤੈਨੂੰ ਨਰਕ ਮਿਲੇ, ਨਾ ਸਵਰਗ ਮਿਲੇ, ਨਾ ਤ੍ਰਿਗਤ ਜੂਨਾ ਮਿਲਣ, ਨਾ ਦੇਵ ਦੇਹੀ ਮਿਲੇ। ਕਬੀਰ ਸਾਹਿਬ ਕਹਿੰਦੇ ਕਬੀਰ ਨਰਕ ਸੁਰਗ ਤੇ ਮੈਂ ਰਹਿਓ। ਨਰਕ ਸੁਰਗ ਕਾਹਦੇ ਵਾਸਤੇ ਸੀ? ਪਾਪ ਪੁੰਨ ਕਰਕੇ ਸੀ। ਜਿਸ ਵੇਲੇ ਬ੍ਰਹਮ ਗਿਆਨ ਹੁੰਦਾ ਹੈ
ਬ੍ਰਹਮ ਗਿਆਨ ਦੀ ਸ਼ਕਤੀ ਦੇ ਨਾਲ ਸੰਚਿਤ ਕਰਮ ਸੜ ਜਾਂਦੇ, ਅੱਗੇ ਕਥਾ ਆਏਗੀ ਇਹ। ਤੇ ਜਿੰਨੀ ਦੇਰ ਤੱਕ ਪ੍ਰਲਬਧ ਹੈ ਦੇਹ ਖੜੀ ਰਹੇਗੀ, ਤੇ ਪਾਪ ਕਰਮ ਕਦੇ ਨਹੀਂ ਕਰੇਗਾ ਕਿਉਂਕਿ ਗਿਆਨ ਹੋ ਚੁੱਕਾ ਹੈ। ਜਿਹੜਾ ਪੁੰਨ ਕਰਮ ਕਰੇਗਾ ਉਸ ਪੁੰਨ ਕਰਮ ਦਾ ਫਲ ਕੋਈ ਨਹੀਂ ਮਿਲਦਾ। ਜਿਹੜੇ ਅਚਨਚੇਤ ਉਹਦੇ ਕੋਲੋਂ ਪਾਪ ਹੋਣਗੇ। ਸੰਸਾਰ ਵਿੱਚ ਦੋ ਤਰ੍ਹਾਂ ਦੇ ਮਨੁੱਖ ਹਮੇਸ਼ਾ ਰਹਿੰਦੇ ਹੈ, ਇੱਕੋ ਹੀ ਵਿਅਕਤੀ ਦੀ ਉਸਤਤ ਕਰਨ ਵਾਲੇ ਔਰ ਉਸੇ ਵਿਅਕਤੀ ਦੀ ਨਿੰਦਾ ਕਰਨ ਵਾਲੇ। ਇਹਨਾਂ ਦਾ ਅਪਾ ਨਹੀਂ ਹੋ ਸਕਿਆ ਅੱਜ ਤੱਕ। ਭਾਵੇਂ ਪਰਮੇਸ਼ਰ ਮਨੁੱਖਾ ਸਰੀਰ ਵਿੱਚ ਆ ਜਾਵੇ, ਇਹ ਦੋਨੋਂ ਕਿਸਮ ਦੇ ਬੰਦੇ ਖਹਿੜਾ ਨਹੀਂ ਛੱਡਣਗੇ ਰੱਬ ਦਾ ਵੀ। ਇਹ ਹੋ ਸਕਦਾ ਹੈ ਕਿਤੇ ਉਸਤਤ ਵਾਲਿਆਂ ਦੀ ਗਿਣਤੀ ਵੱਧ ਜਾਏ ਅਤੇ ਕਿਤੇ ਨਿੰਦਿਆ ਕਰਨ ਵਾਲਿਆਂ ਦੀ ਵੱਧ ਜਾਏ। ਰਹਿਣਗੇ ਦੋਨੋਂ ਕਿਸਮ ਦੇ। ਜਿਹੜੇ ਸਤਪੁਰਸ਼ ਹਨ, ਬ੍ਰਹਮ ਗਿਆਨੀ, ਜਿੰਨੇ ਪੁੰਨ ਕਰਮ ਉਹਨਾਂ ਦੀ ਦੇਹ ਤੋਂ ਹੁੰਦੇ ਨੇ, ਉਹਨਾਂ ਦੇ ਸੇਵਾ ਕਰਨ ਵਾਲੇ, ਉਹਨਾਂ ਦੀ ਉਸਤਤ ਕਰਨ ਵਾਲੇ, ਉਹ ਸਾਰੇ ਪੁੰਨ ਕਰਮ ਜਿੰਨਾ ਜਿੰਨਾ ਕੁ ਅਧਿਕਾਰ ਹੈ ਉਹਦੇ ਪੁੰਨਾਂ ਦਾ ਹਿੱਸਾ ਉਹਨਾਂ ਨੂੰ ਮਿਲੀ ਜਾਂਦਾ। ਜਿਹੜੇ ਨਿੰਦਾ ਕਰਨ ਵਾਲੇ ਨੇ ਉਹਦੇ ਪਾਪ ਕਰਮ ਲਈ ਜਾਂਦੇ ਨੇ, ਤੇ ਸਤਪੁਰਸ਼ ਸੁਰਖਰੂ ਹੋ ਕੇ ਸੰਸਾਰ ਤੋਂ ਜਾਂਦੇ ਆ। ਇਸ ਕਰਕੇ ਜਿਹੜਾ ਕਰਮ ਹੈ, ਨਰਕ ਦੇਣ ਵਾਲਾ ਵੀ ਕਰਮ, ਸੁੱਖ ਦੇਣ ਵਾਲਾ ਵੀ ਕਰਮ, ਜਦੋਂ ਸੰਯੋਗੀ ਕਰਮ ਆਉਂਦਾ ਹੈ ਤੇ ਉਦੋਂ ਸਾਡੇ ਸੰਬੰਧੀਆਂ ਦਾ ਮਿਲਾਪ ਹੋ ਜਾਂਦਾ, ਵਿਛੜੇ ਹੋਏ ਵੀ ਮਿਲ ਜਾਂਦੇ ਨੇ। ਸੰਯੋਗ ਕਰਮ, ਸੰਯੋਗੀ ਕਰਮ ਆ ਗਿਆ। ਜਦੋਂ ਵਿਯੋਗੀ ਕਰਮ ਆ ਜਾਵੇ ਤੇ ਮਿਲੇ ਹੋਏ ਵੀ ਵਿਛੜ ਜਾਂਦੇ ਨੇ। ਸੰਯੋਗ ਵਿਯੋਗ ਦੋਏ ਕਾਹਦੇ ਵਾਸਤੇ ਨੇ? ਕਾਰ ਚਲਾਵ ਹੈ, ਸੰਸਾਰ ਦੀ ਕਾਰ ਇਹਨਾਂ ਤੋਂ ਬਿਨਾਂ ਚੱਲ ਨਹੀਂ ਸਕਦੀ। ਸੰਯੋਗ ਵਿਯੋਗ ਧੁਰੋਂ ਹੀ ਹੁਆ, ਸੰਯੋਗ ਤੇ ਵਿਯੋਗ ਇਹ ਧੁਰਾਂ ਤੋਂ ਹੈ। ਕਰਮ ਦੀ ਗਾਥਾ ਬੜੀ ਅਜੀਬ ਗਾਥਾ ਹੈ। ਵੇਦ ਦੇ ਅੰਦਰ ਮੂਲ ਰੂਪ ਵਿੱਚ ਦੋ ਤਰ੍ਹਾਂ ਦਾ ਕਰਮ ਕਿਹਾ ਹੈ। ਇੱਕ ਕਰਮ ਨੂੰ ਕਿਹਾ ਹੈ ਬਿਹਤ ਕਰਮ, ਦੂਸਰੇ ਨੂੰ ਕਿਹਾ ਅਬਿਹਤ ਕਰਮ। ਇੱਕ ਕਰਮ ਦੇ ਕਰਨ ਦੀ ਵੇਦ ਦੀ ਆਗਿਆ ਹੈ। ਬਿਹਤ ਕਰਮ ਉਹ ਹਨ ਜਿਨ੍ਹਾਂ ਨੂੰ ਧਰਮ ਸ਼ਾਸਤਰ ਆਗਿਆ ਦਿੰਦਾ ਕਿ ਇਹ ਕਰਮ ਕਰ। ਅਵਿਹਤ ਕਰਮ ਉਹ ਹਨ ਜਿਨ੍ਹਾਂ ਨੂੰ ਵੇਦ ਆਗਿਆ ਦਿੰਦਾ ਕਿ ਇਹ ਨਾ ਕਰ। ਪੰਜ ਪ੍ਰਕਾਰ ਦਾ ਕਰਮ ਹੈ। ਨਿਤ ਕਰਮ ਹੈ, ਨਿਮਿਤ ਕਰਮ ਹੈ, ਕਾਮਿਆਂ ਕਰਮ ਹੈ, ਪ੍ਰਾਸ਼ਚਿਤ ਕਰਮ ਹੈ, ਨਿਖਿਤ ਕਰਮ ਹੈ। ਇਹ ਪੰਜ ਕਿਸਮ ਦਾ ਕਰਮ। ਉਸੇ ਮੂਲ ਰੂਪ ਵਿੱਚ ਦੋ ਤਰ੍ਹਾਂ ਦਾ, ਤੇ ਜਿਹੜਾ ਬਿਹਤ ਕਰਮ ਹੈ ਉਹ ਚਾਰ ਪ੍ਰਕਾਰ ਦਾ ਹੋ ਗਿਆ। ਨਿਖਿਤ ਕਰਮ ਇੱਕ ਤਰ੍ਹਾਂ ਦਾ, ਬਸ ਨਿਖਿਤ ਹੈ। ਨਿਤ ਕਰਮ ਉਹ ਹੈ ਜਿਹੜਾ ਆਗਿਆ ਹੈ ਵੇਦ ਸ਼ਾਸਤਰ ਦੀ, ਸਤਪੁਰਸ਼ਾਂ ਦੀ। ਨਿਤ ਕਰਮ ਕੀ ਹੈ? ਇਸ਼ਨਾਨ ਕਰਨਾ, ਜਿਹਦੇ ਕਰਨ ਦਾ ਭਾਵੇਂ ਪੁੰਨ ਫਲ ਕੋਈ ਨਹੀਂ ਪਰ ਨਾ ਕਰਨ ਦਾ ਪਾਪ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ,
ਇਨਿਤ ਕਰਮ ਹੈ, ਨਿਤੀ ਕਰਮ ਹੈ। ਤੇ ਨਿਤ ਕਰਮ ਦੇ ਅੰਦਰ ਆ ਗਿਆ ਹੈ, ਜੇ ਨਹੀਂ ਕਰੇਗਾ ਤਾਂ ਇਹਦਾ ਤੈਨੂੰ ਪਾਪ ਲੱਗੇਗਾ। ਇਹ ਨਿਤ ਕਰਮ ਹੈ। ਨਿਮਿਤ ਕਰਮ, ਨਿਮਿਤ ਕਰਮ ਦੇ ਵਿੱਚ ਐਸਾ ਕਿਹਾ ਹੈ ਜਿਹੜਾ ਕਿਸੇ ਦੇ ਕਾਰਨ ਹੈ, ਜੈਸੇ ਪੰਜ ਬਿਰਧ ਮੰਨੇ ਹੈ, ਪੰਜ ਬਜ਼ੁਰਗ ਮੰਨੇ ਹੈ, ਵੱਡੇ ਮੰਨੇ ਹੈ, ਕਿ ਆਯੂ ਬਿਰਧ ਉਮਰ ਦੇ ਵਿੱਚ ਤੁਹਾਡੇ ਨਾਲੋਂ ਕੋਈ ਵੱਡਾ ਹੋਵੇ, ਜਦੋਂ ਤੁਹਾਡੇ ਕੋਲ ਆਵੇ ਉਸ ਵੇਲੇ ਉਥਾਨ ਕਰਮ ਕਰੋ। ਉਥਾਨ ਕਰਮ ਕੀ ਹੈ? ਉਹਦੇ ਸਨਮਾਨ ਵਾਸਤੇ ਤੁਸੀਂ ਉੱਠ ਕੇ ਖੜੇ ਹੋ ਜਾਓ। ਖੜੇ ਹੋਣ ਨਾਲ ਪੁੰਨ ਕੋਈ ਨਹੀਂ ਮਿਲਿਆ, ਲੇਕਿਨ ਨਾ ਖੜੇ ਹੋਣ ਦੇ ਨਾਲ ਪਾਪ ਕਰਮ ਬਣ ਗਿਆ। ਇਸ ਕਰਕੇ ਨਿਮਿਤ ਕਰਮ ਹੈ, ਕਿਸੇ ਨਿਮਿਤ ਨੂੰ ਲੈ ਕੇ ਕਰਨਾ। ਹੋਰ ਇਹਦੇ ਬੜੇ ਪ੍ਰਮਾਣ ਹੋ ਸਕਦੇ ਨੇ। ਕਾਮਿਆ ਕਰਮ ਜਿਹੜਾ ਇੱਕ ਕਾਮਨਾ ਨੂੰ ਲੈ ਕੇ ਕਰਨਾ। ਬ੍ਰਹਮਣ ਲੋਕ ਯੱਗ ਕਰਾਉਂਦੇ ਸੀ, ਕਾਮਿਆ ਕਰਮ ਬ੍ਰਿਸ਼ਟੀ ਯੱਗ ਸੀ, ਵੀ ਵਰਖਾ ਹੋਣ ਵਾਸਤੇ ਕਰਮ ਸੀ, ਪੁੱਤਰ ਵਾਸਤੇ ਸੀ, ਅਤੇ ਆਪਣੇ ਅਖੰਡ ਪਾਠ ਸਾਹਿਬ ਹੈ, ਸਹਿਜ ਪਾਠ ਹੈ, ਜਪਜੀ ਦੇ ਪਾਠ ਹਨ, ਸੁਖਮਨੀ ਸਾਹਿਬ ਦੇ ਪਾਠ ਹਨ। ਕਾਮਿਆ ਕਰਮ, ਕਾਮਨਾ ਲੈ ਕੇ ਕੋਈ ਕਰਮ ਕਰਨਾ। ਪ੍ਰਾਸ਼ਚਿਤ ਕਰਮ, ਇਹ ਦੋ ਤਰ੍ਹਾਂ ਦਾ ਹੁੰਦਾ ਹੈ। ਪ੍ਰਾਸ਼ਚਿਤ ਕਰਮ ਵਿੱਚ ਇੱਕ ਤਾਂ ਸਾਧਾਰਨ ਪ੍ਰਾਸ਼ਚਿਤ ਕਰਮ, ਇੱਕ ਅਸਾਧਾਰਨ ਪ੍ਰਾਸ਼ਚਿਤ ਕਰਮ। ਅਸਾਧਾਰਨ ਪ੍ਰਾਸ਼ਚਿਤ ਕਰਮ ਹੈ, ਕੋਈ ਪਾਪ ਹੋ ਗਿਆ, ਸਿੱਖ ਦੇ ਕੋਲੋਂ ਬੱਜਰ ਕਰਾਇਤ ਹੋ ਗਈ, ਉਸ ਵੇਲੇ ਫਿਰ ਪ੍ਰਾਸ਼ਚਿਤ ਕਰਮ ਹੈ ਕਿ ਪੰਜ ਪਿਆਰੇ ਨੂੰ ਕਹਿ ਤਾ ਵੀ ਤੂੰ 101 ਜਪਜੀ ਦਾ ਪਾਠ ਕਰ, ਵੀ ਤੂੰ ਸੁਖਮਨੀ ਸਾਹਿਬ ਕਰ, ਗੁਰਦੁਆਰੇ 21 ਦਿਨ ਝਾੜੂ ਮਾਰ, ਇਹ ਪ੍ਰਾਸ਼ਚਿਤ ਕਰ ਰਿਹਾ ਉਹ। ਵੇਦੇਂਦਰ ਨੂੰ ਪ੍ਰਾਸ਼ਚਿਤ ਕਿਹਾ ਜਾਂਦਾ। ਉੱਥੇ ਉਹ ਲਿਖਿਆ ਵੀ ਸੰਨਿਆਸੀ ਜੇ ਧਨ ਗ੍ਰਹਿਣ ਕਰ ਲਵੇ, ਉਹ 3 ਦਿਨ ਦਾ ਉਪਵਾਸ, 3 ਦਿਨ ਰੋਟੀ ਨਾ ਖਾਵੇ, ਪ੍ਰਾਸ਼ਚਿਤ ਕਰੇ, ਮੈਂ ਤਿਆਗੀ ਵਸਤੂ ਕਿਉਂ ਗ੍ਰਹਿਣ ਕਰ ਲਈ। ਇਸ ਵਾਸਤੇ ਪ੍ਰਾਸ਼ਚਿਤ ਕਰਮ ਜਿਹੜਾ ਹੈ, ਇੱਕ ਤਾਂ ਹੈ ਜਿਹੜਾ ਇੱਕ ਪਾਪ ਨੂੰ ਲਾਹੁਣ ਵਾਸਤੇ ਕੀਤਾ ਜਾਏ, ਉਹ ਅਸਾਧਾਰਨ ਪ੍ਰਾਸ਼ਚਿਤ ਹੈ। ਸਾਧਾਰਨ ਪ੍ਰਾਸ਼ਚਿਤ ਸਮੁੱਚੇ ਪਾਪਾਂ ਨੂੰ ਦੂਰ ਕਰਨ ਵਾਸਤੇ, ਇੱਕ ਤਾਂ ਹੋ ਗਿਆ ਨਾ ਵੀ ਬੱਜਰ ਕਰਾਇਤ ਹੋ ਗਈ, ਉਹਦੇ ਵਾਸਤੇ ਜਪ ਜੀ ਦੇ ਗਿਣਵੇਂ ਪਾਠ ਕੀਤੇ, ਗਿਣਵੇਂ ਦਿਨ ਕੀਤੇ। ਅਤੇ ਇੱਕ ਹੈ ਹਰ ਰੋਜ਼ 51-51 ਪਾਠ ਕਰਨ ਵਾਲੇ ਗੁਰਮੁਖ। ਸਾਡੇ ਜਥੇ ਦੇ ਵਿੱਚ ਇੱਕ ਭਜੰਗੀ ਆਇਆ ਸੀ, ਬਹੁਤ ਦੇਰ ਹੋ ਗਈ, ਤਕਰੀਬਨ 83-84 ਦੀ ਗੱਲ ਹੈ, 101 ਪਾਠ ਜਪਜੀ ਸਾਹਿਬ ਦਾ ਹਰ ਰੋਜ਼ ਕਰਦਾ ਸੀ ਉਹ ਭਜੰਗੀ। ਅਜੇ ਦਾੜੀ ਮੁੱਛ ਨਹੀਂ ਸੀ ਆਈ। ਜਪਜੀ ਦੇ ਪਾਠ ਕੋਈ 51 ਕਰਦਾ ਹੈ, ਸੁਖਮਨੀ ਸਾਹਿਬ ਦੇ ਕੋਈ 5-5 ਪਾਠ ਕਰਦਾ ਹੈ। ਸੰਤ ਬਾਬਾ ਕਿਰਪਾਲ ਸਿੰਘ ਜੀ ਹੋਏ ਛੰਨਾ ਵਾਲੇ, ਰਾਏਕੋਟ ਦੇ ਕੋਲ ਨੇ ਛੰਨਾ, ਉਹ 10 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਦੇ ਸੀ। ਸੁਖਮਨੀ ਸਾਹਿਬ ਦੇ ਪ੍ਰਤਾਪ ਨਾਲ ਇਤਨਾ ਚਾਨਣਾ ਹੋ ਗਿਆ ਸੀ, ਪੁਰਾਣੇ ਸਮੇਂ 'ਚ ਊਠ ਹੁੰਦੇ ਸੀ, ਮਹਾਂਪੁਰਖਾਂ ਨੂੰ ਊਠ ਦੇ ਉੱਤੇ ਲਈ ਜਾਂਦਾ ਇੱਕ ਗੁਰਮੁਖ, ਅਤੇ ਮਹਾਂਪੁਰਖ ਸਾਈਂ ਨਾਲ ਜੁੜੇ ਹੋਏ ਨੇ।
ਇੱਕ ਮਿਰਗ ਕਿਤੇ ਨਿਕਲਿਆ, ਊਠ ਦੇ ਮੂਹਰੇ ਦੀ ਲੰਘ ਗਿਆ। ਉਸੇ ਵੇਲੇ ਸੋਚਣ ਲੱਗਾ ਵੀ ਜੇ ਮੇਰੇ ਕੋਲ ਬੰਦੂਕ ਹੁੰਦੀ, ਮੈਂ ਬੰਦੂਕ ਦੇ ਨਾਲ ਇਹਨੂੰ ਹਿਰਨ ਦਾ ਸ਼ਿਕਾਰ ਕਰ ਲੈਂਦਾ। ਇਹ ਸੰਕਲਪ ਆ ਗਿਆ ਉਹਦਾ ਪ੍ਰੇਮੀ ਦਾ, ਊਠ ਵਾਲੇ ਦਾ। ਮਹਾਂਪੁਰਸ਼ ਪਾਠ ਕਰਦੇ ਕਰਦੇ ਉਹਦੀ ਬੱਖੀ 'ਚ ਘਸੁੰਨ ਮਾਰ ਕੇ ਕਹਿੰਦੇ, ਤੇਰਾ ਕੀ ਵਿਗਾੜਿਆ ਹਿਰਨ ਨੇ? ਕਿਹਾ ਉਹ ਬੜੀ ਮਾੜੀ ਗੱਲ ਹੋ ਗਈ। ਬੋਲ ਕੇ ਤਾਂ ਕੁਛ ਨਹੀਂ ਸੀ ਕਿਹਾ, ਮੈਂ ਤਾਂ ਮਨ ਹੀ ਬੋਲਿਆ ਸੀ। ਇਹਦਾ ਮਤਲਬ ਮੇਰੇ ਬੋਲਦੇ ਹੋਏ ਮਨ ਨੂੰ ਵੀ ਫੜ ਲਿਆ ਸੰਤਾਂ ਨੇ ਸੁਖਮਨੀ ਸਾਹਿਬ ਦੇ ਪ੍ਰਤਾਪ ਨਾਲ। ਬਸ਼ਰਮ ਹੋ ਗਿਆ, ਪਸ਼ਚਾਤਾਪ ਕਰਨ ਲੱਗਾ ਵੀ ਮੈਂ ਮਹਾਂਪੁਰਸ਼ਾਂ ਨੂੰ ਲਈ ਜਾ ਰਿਹਾ ਤੇ ਮਿਰਗ ਦਾ ਸ਼ਿਕਾਰ ਕਰਨ ਦੇ ਸੰਕਲਪ ਕਰਦੇ, ਲਾਹਣਤ ਹੈ ਮੇਰੇ। ਬਹੁਤ ਨਿਮੋ ਚੁਣਾ ਹੋਇਆ, ਪਿੱਠ ਤੇ ਹੱਥ ਰੱਖ ਕੇ ਕਹਿੰਦੇ ਕਹਿੰਦੇ ਜੇ ਕਿਸੇ ਕਰਮ ਦਾ ਪਛਤਾਵਾ ਹੋ ਜਾਵੇ ਤਾਂ ਪਾਪ ਲੈ ਜਾਂਦਾ ਭਾਈ, ਬਸ ਤੂੰ ਆਪਣਾ ਧਿਆਨ ਨਾਲ ਬਾਣੀ ਪੜ੍ਹੀ ਚੱਲ। ਇਹੋ ਜਿਹੇ ਮਹਾਂਪੁਰਸ਼ ਵੀ ਸੀ ਤੁਹਾਡੇ ਕੋਲ। ਸੋ ਇਸ ਕਰਕੇ ਪਰਾਸ਼ਚਿਤ ਕਰਮ ਜਿਹੜਾ ਇਹ ਦੋ ਪ੍ਰਕਾਰ ਦਾ, ਸਮੁੱਚੇ ਪਾਪ ਜਨਮਾਂ ਜਨਮਾਤਰਾਂ ਦੇ ਲਾਉਣ ਵਾਸਤੇ ਇੱਕ ਕਰਮ ਹੈ, ਹਰ ਸਵਾਸ ਨਾਲ ਵਾਹਿਗੁਰੂ ਕਹਿਣਾ ਕਰਮ ਹੈ ਵੀ। ਮੂਲ ਮੰਤਰ ਦਾ ਪਾਠ, ਜਪਜੀ ਦੇ ਪਾਠ, ਸੁਖਮਨੀ ਦੇ ਪਾਠ, ਸਭ ਕਰਮ ਹੈ। ਇਹ ਉਹੀ ਤਾਂ ਕਰਮ ਹੈ ਜਿਸ ਨੂੰ ਕਹਿੰਦੇ ਸਾਧ ਨਾਮ ਨਿਰਮਲ ਤਾਂ ਕਿ ਕਰਮ। ਇਹ ਨਿਰਮਲ ਕਰਮ ਹੈ, ਮੈਲ ਤੋਂ ਰਹਿਤ ਹੋਣ ਵਾਲਾ ਕਰਮ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪਾ ਨਾ ਧੋਪੈ ਨਾਵੈ ਕੈ ਰੰਗ। ਇਹ ਕਰਮ ਹੈ ਵੀ। ਕਰਮ ਦੀ ਬੜੀ ਮਹਾਨਤਾ ਹੈ। ਨਰਕ ਨੂੰ ਲਿਜਾਉਣ ਵਾਲਾ ਕਰਮ, ਸਵਰਗ ਨੂੰ ਲਿਜਾਉਣ ਵਾਲਾ ਕਰਮ, ਤੇ ਫਿਰ ਮਿਲਾਉਣ ਵਾਲਾ ਕਰਮ, ਵਿਛੋੜਨ ਵਾਲਾ ਕਰਮ। ਬੈਰੀ ਦੇ ਰੂਪ ਦੇ ਵਿੱਚ ਆਉਣ ਵਾਲਾ ਹੋਰ ਕੋਈ ਨਹੀਂ ਸਾਡੇ ਕਰਮ ਤੋਂ ਬਿਨਾਂ, ਤੇ ਫਿਰ ਮਿੱਤਰ ਦੇ ਰੂਪ ਵਿੱਚ ਆਉਣ ਵਾਲਾ ਵੀ ਹੋਰ ਕੋਈ ਨਹੀਂ ਸਾਡੇ ਕਰਮ ਤੋਂ ਬਿਨਾਂ। ਜਿਹੜੇ ਗਿਆਨਵਾਨ ਸੰਤਾਨ ਉਹਨਾਂ ਦੇ ਵੀ ਹੁੰਦੀ ਹੈ, ਜਿਹੜੇ ਅਗਿਆਨੀ ਹੈ ਆਪਾਂ ਸੰਤਾਨ ਆਪਣੀ ਵੀ ਹੁੰਦੀ ਹੈ। ਜਦੋਂ ਅਗਿਆਨੀ ਦੇ ਸੰਤਾਨ ਹੁੰਦੀ ਹੈ ਉਹ ਕਹਿੰਦਾ ਮੇਰੇ ਘਰ ਪੁੱਤਰ ਹੋਇਆ, ਖੁਸ਼ੀਆਂ ਮਨਾ ਰਿਹਾ। ਬ੍ਰਹਮ ਬੇਤੇ ਦੇ ਘਰ ਜਦੋਂ ਸੰਤਾਨ ਪੈਦਾ ਹੁੰਦੀ ਹੈ ਉਹ ਕਹਿੰਦਾ ਮੇਰੇ ਕਰਮ ਦਾ ਵਿਕਾਸ ਹੋ ਗਿਆ, ਜੇ ਸ਼ੁਭ ਹੋਏਗਾ ਤਾਂ ਸੁਖ ਦਏਗਾ, ਜੇ ਮੰਦਾ ਕੀਤਾ ਹੋਏਗਾ ਤਾਂ ਇਹ ਕਰਮ ਪੁੱਤਰ ਰੂਪ ਦੇ ਵਿੱਚ ਮੈਨੂੰ ਦੁੱਖ ਵੀ ਦਏਗਾ। ਸੰਸਾਰ ਦੇ ਸਾਰੇ ਪੁੱਤਰ ਸੁੱਖ ਨਹੀਂ ਦਿੰਦੇ, ਔਰ ਸਾਰੇ ਪੁੱਤਰ ਦੁੱਖ ਵੀ ਨਹੀਂ ਦਿੰਦੇ। ਜੈਸਾ ਸੰਯੋਗ ਕਿਸੇ ਨਾਲ ਕਰਮ ਰਲਿਆ ਹੋਇਆ ਹੈ, ਭਾਵੇਂ ਪਤੀ ਪਤਨੀ ਦਾ ਰਿਸ਼ਤਾ ਹੈ, ਭਾਵੇਂ ਪਿਓ ਪੁੱਤ ਦਾ, ਤੇ ਚਾਹੇ ਭਰਾ ਭਰਾ ਦਾ, ਕਰਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਕਰਮ ਹੀ ਮਾਂ ਬਣਿਆ, ਕਰਮ ਹੀ ਪਿਓ ਬਣਿਆ, ਕਰਮ ਹੀ ਪੁੱਤ ਤੇ ਧੀਆਂ ਬਣਿਆ, ਕਰਮ ਪਤੀ ਪਤਨੀ ਬਣਿਆ, ਤੇ ਕਰਮ ਮਿੱਤਰ ਤੇ ਦੋਸਤ ਬਣਿਆ, ਤੇ ਕਰਮ ਹੀ ਬੈਰੀ ਬਣਿਆ। ਸਭ ਕੁਛ ਕਰਮ ਦੀ ਖੇਡ ਹੈ। ਕੱਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਕਿਉਂਕਿ ਕਰਮ ਜਿਹੜਾ ਹੈ, ਦੱਦੈ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਕਰਮ ਕਰਕੇ ਕੋਈ ਮਨੁੱਖ ਦੇਵਤਾ ਬਣ ਸਕਦਾ, ਤੇ ਕਰਮ ਕਰਕੇ ਕੋਈ ਕੁੱਤਾ ਵੀ ਬਣ ਸਕਦਾ।
ਮਨੁੱਖ ਤੋਂ ਬਾਅਦ ਕੁੱਤਾ ਬਣ ਸਕਦਾ ਹੈ। ਮਨੁੱਖ ਸਰੀਰ ਕੀ ਹੈ? ਮਨੁੱਖ ਸਰੀਰ ਤਾਂ ਇਉਂ ਸਮਝੋ, ਜੇ ਸੌਖੇ ਤਰੀਕੇ ਨਾਲ ਸਮਝਣਾ ਹੋਵੇ, ਕਿ ਚਰਾਹੇ ਦੀ ਨਿਆਈ ਹੈ, ਜਿੱਥੇ ਦੇ ਚਾਰ ਪਾਸੇ ਨੂੰ ਰਸਤਾ ਜਾ ਰਿਹਾ। ਇੱਕ ਤਾਂ ਉਹ ਹੈ ਜਿੱਥੋਂ ਮਨੁੱਖ ਤੁਰਿਆ ਸਹਿਜੇ ਸਹਿਜੇ ਆਉਂਦਾ ਚੁਰਾਹੇ 'ਤੇ ਪਹੁੰਚ ਗਿਆ, ਉੱਥੇ ਜਾ ਕੇ ਦੇਖਦਾ ਇੱਕ ਸੱਜੇ ਨੂੰ ਰਸਤਾ ਜਾ ਰਿਹਾ, ਇੱਕ ਖੱਬੇ ਨੂੰ ਵੀ ਜਾ ਰਿਹਾ ਅਤੇ ਇੱਕ ਸਿੱਧਾ ਵੀ ਜਾ ਰਿਹਾ। ਚੁਰਾਹੇ 'ਤੇ ਖੜਾ ਮਨੁੱਖ ਅਗਰ ਉਸ ਨੂੰ ਦਿਸ਼ਾ ਭਰਮਣ ਹੋ ਜਾਏ, ਗਲਤੀ ਲੱਗ ਜਾਏ, ਤਾਂ ਫਿਰ ਸਿੱਧਾ ਜਾਣ ਦੀ ਬਜਾਏ ਪਿੱਛੇ ਨੂੰ ਵੀ ਮੁੜ ਸਕਦਾ ਹੈ। ਦਿਸ਼ਾ ਭਰਮਣ ਹੋਣ ਤੋਂ ਜਿੱਧਰੋਂ ਆਇਆ ਸੀ ਉੱਧਰ ਨੂੰ ਵੀ ਵਾਪਸ ਜਾ ਸਕਦਾ ਹੈ। ਕੁਝ ਲੋਕ ਮਨੁੱਖਾ ਸਰੀਰ ਦੇ ਚੁਰਾਹੇ 'ਤੇ ਆ ਕੇ ਪਿੱਛੇ ਮੁੜ ਜਾਂਦੇ ਨੇ। ਪਿੱਛਾ ਕੀ ਹੈ? ਕੁੱਤੇ ਦੀ ਜੂਨ, ਪਸ਼ੂਆਂ ਦੀ ਜੂਨ, ਕੀੜੇ ਮਕੌੜਿਆਂ ਦੀ ਜੂਨ, ਇਹ ਪਿੱਛਾ। ਕਈ ਜਨਮ ਪਏ ਕੀਟ ਪਤੰਗਾ। ਜਾਣਾ ਸੀ ਸਿੱਧਾ, ਅਗਾਂਹ ਕੁ ਤਰਾਂਗ, ਸਿੱਧੇ ਸਿੱਧੇ ਰੇਖ ਚਲੋ, ਜਾਣਾ ਸਿੱਧਾ ਸੀ, ਪਰ ਚੱਕਰ ਖਾ ਕੇ ਵਾਪਸ ਮੁੜਿਆ, ਪਿੱਛੇ ਆ ਗਿਆ ਵਾਪਸ ਗਲਤੀ ਦੇ ਕਾਰਨ। ਬਹੁਤ ਵਾਰ ਐਸਾ ਭਰਮਣ ਹੁੰਦਾ ਹੈ। ਬਹੁਤ ਪੁਰਾਣੀ ਬਾਤ ਹੈ, ਤਕਰੀਬਨ ਲਗਭਗ ਕੋਈ 74 ਦੀ ਬਾਤ ਹੋਏਗੀ, ਬਚਪਨੇ ਸੀ ਮੇਰਾ ਵੀ, ਗੱਡੀ ਨੂੰ ਪੈਂਚਰ ਹੋ ਗਿਆ ਮਹਾਂਪੁਰਖਾਂ ਦੀ, ਅਤੇ ਉਹਦਾ ਪੈਂਚਰ ਲਾਉਣ ਵਾਸਤੇ ਚਲੇ ਗਏ। ਮਹਾਂਪੁਰਸ਼ ਉੱਥੇ ਬੈਠੇ ਸੀ ਅਤੇ ਉਹ ਮੇਰੇ ਕੋਲ ਸ਼ਸਤਰ ਹੀ ਇੱਕ ਛੋਟਾ, ਉਹ ਮੈਂ ਇੱਕ ਪਾਸੇ ਰੱਖ ਕੇ ਸੇਵਾ ਕਰਨ ਲੱਗ ਪਿਆ। ਰਾਤ ਦੇ ਅੰਧੇਰੇ 'ਚੋਂ ਮੇਰਾ ਸ਼ਸਤਰ ਉੱਥੇ ਭੁਲਿਆ ਆ। ਜਦੋਂ ਪਹੁੰਚੇ ਅਸਥਾਨ 'ਤੇ, ਉੱਥੋਂ 10-12 ਮੀਲ 'ਤੇ ਪਹੁੰਚ ਗਏ, 15 ਮੀਲ 'ਤੇ ਲਗਭਗ, ਮੈਂ ਸੋਚਿਆ ਵੀ ਜੇ ਮਹਾਂਪੁਰਖਾਂ ਨੂੰ ਦੱਸਿਆ ਨਾ, ਫਿਰ ਕੱਲ੍ਹ ਨੂੰ ਪੇਸ਼ੀ ਹੋਣ ਦੀ ਬਜਾਏ ਵੀ ਆਪਾਂ ਹੁਣ ਅੱਜ ਹੀ ਗੁਨਾਹ ਆਪਣਾ ਕਬੂਲ ਕਰ ਲਈਏ। ਸ਼ਸਤਰ ਬੜਾ ਪਿਆਰਾ ਸੀ, ਉਹਨਾਂ ਨੇ ਆਪਣੇ ਹੱਥੀਂ ਦਿੱਤਾ ਸੀ। ਮੈਂ ਕਿਹਾ ਜੀ ਉਹ ਸ਼ਸਤਰ ਉੱਥੇ ਰਹਿ ਗਿਆ ਗਲਤੀ ਦੇ ਕਾਰਨ। ਕਹਿੰਦੇ ਇਸ ਗੱਲ ਦੀ ਲਿਹਾਜ਼ ਨਹੀਂ ਹਰੀਸ਼ਾ, ਸ਼ਸਤਰ ਜਾ ਕੇ ਲੈ ਕੇ ਆਓ ਰਾਹ 'ਤੇ ਰਾਤ। ਸਾਈਕਲ ਚੁੱਕਿਆ ਇੱਕ, ਮੈਂ ਇੱਕ ਭਾਈ ਜਗਦੀਸ਼ ਸਿੰਘ ਸੀ, ਅਸੀਂ ਚੱਲ ਪਏ ਜਾ ਕੇ। ਸ਼ਸਤਰ ਤਾਂ ਗਿਆ ਮਿਲ, ਸ਼ਸਤਰ ਲੈ ਕੇ ਜਦੋਂ ਅਸੀਂ ਵਾਪਸ ਆਏ, ਦਿਸ਼ਾ ਭਰਮਣ ਹੋ ਗਿਆ ਦੋਨਾਂ, ਕਿਉਂਕਿ ਨਵਾਂ ਰਸਤਾ ਸੀ ਦੇਖਣ ਵਾਸਤੇ। ਰਾਹ ਮੁੱਕਣ 'ਚ ਨਾ ਆਵੇ, ਮੁੱਕਣ 'ਚ ਨਾ ਆਵੇ। ਮਖੋ ਜਗਦੀਸ਼ ਆ, ਕੀ ਹੋ ਗਿਆ? ਕਹਿੰਦਾ ਜੀ ਪਤਾ ਹੀ ਨਹੀਂ ਚੱਲ ਰਿਹਾ, ਸਾਰੀ ਰਾਤ ਘੁੰਮ ਕੇ ਮੁੜ ਕੇ ਉਸੇ ਸੜਕ 'ਤੇ ਫੇਰ ਆ ਚੜ੍ਹੇ ਦਿਨ ਚੜ੍ਹਦੇ ਨੂੰ। ਕਹਿੰਦਾ ਇਹ ਤਾਂ ਉੱਥੇ ਆ ਗਿਆ ਆਪਾਂ ਜਿੱਥੋਂ ਗਏ ਸੀ। ਜਿਵੇਂ ਇਹ ਦਿਸ਼ਾ ਭਰਮਣ ਸਾਨੂੰ ਹੋਇਆ, ਇਹ ਸਾਨੂੰ ਸਾਰਿਆਂ ਨੂੰ ਹੋਇਆ ਹੋਇਆ। ਮਨੁੱਖਾ ਸਰੀਰ ਵਿੱਚ ਆ ਕੇ ਕਈ ਉੱਥੋਂ ਜਿੱਥੋਂ ਚੱਲੇ ਉੱਥੇ ਨੂੰ ਮੁੜ ਜਾਂਦੇ ਆ ਵਾਪਸ, ਜਿਵੇਂ ਸਾਰੀ ਰਾਤ ਫਿਰ ਕੇ ਅਸੀਂ ਉੱਥੇ ਚਲੇ ਗਏ ਸੀ। ਜ਼ਿੰਦਗੀ ਦੀ ਸਾਰੀ ਰਾਤ ਫਿਰ ਕੇ ਮੁੜ ਕੇ ਉਹਨਾਂ ਹੀ ਜੂਨਾਂ ਦੇ ਵਿੱਚ ਜਾਣਾ ਹੈ, ਤਾਂ ਮਨੁੱਖਾ ਸਰੀਰ ਵਿੱਚ ਆਉਣ ਦਾ ਲਾਭ ਕੀ ਮਿਲਿਆ? ਕਰਮ ਮੁੜ ਕੇ ਫਿਰ ਉੱਥੇ ਲੈ ਗਿਆ, ਪਿੱਛੇ ਨੂੰ ਮੁੜ ਗਏ। ਕਰਮ ਐਸਾ ਕਰ ਬੈਠੇ, ਕੋਈ ਪਿੱਛੇ ਨੂੰ ਮੁੜਨ ਵਾਲੇ ਕਰਮ ਨੇ, ਅਗਾਂਹ ਵਧੂ ਕਰਮ ਨਹੀਂ ਹਨ। ਅਤੇ ਦੋ ਰਸਤੇ ਅੱਗੇ, ਇਹ ਖੱਬੇ ਪਾਸੇ ਨੂੰ ਜਾਂਦਾ ਅਤੇ ਕੁਝ ਲੋਕ ਉਹ ਜਿਹੜੇ ਸਾਡੇ ਵਿੱਚੋਂ
ਮਨੁੱਖਾ ਸਰੀਰ ਨੂੰ ਤਿਆਗ ਕੇ ਪ੍ਰੇਤ ਦੀ ਯੋਨੀ ਵਿੱਚ ਪੈ ਜਾਂਦੇ ਨੇ, ਖੱਬੇ ਪਾਸੇ ਨੂੰ ਮੁੜ ਗਏ, ਉਹ ਪਿੱਛੇ ਨੂੰ ਤਾਂ ਨਹੀਂ ਮੁੜੇ, ਪ੍ਰੇਤ ਯੋਨੀ ਮਿਲ ਗਈ। ਇਹ ਕਰਦੇ ਪਏ ਸਿਆਣਿਆਂ ਕੋਲ ਜਾਣ, ਜਾ ਕੇ ਤਾਗੇ ਤਵੀਤ ਕਰਦੇ ਰਹਿਣ, ਤੇ ਫਿਰ ਜਿਹੜੇ ਬੜੇ ਬੜੇ ਪੀਰਾਂ ਦੇ ਇਸ਼ਤਿਹਾਰ ਪੜ੍ਹਦੇ, ਉਹਨਾਂ ਦੀ ਰੋਜੀ ਰੋਟੀ ਵੀ ਤਾਂ ਇਹਦੇ ਨਾਲ ਚੱਲਦੀ ਆ, ਅੱਧੇ ਤਾਂ ਪ੍ਰੇਤ ਉਹਨਾਂ ਨੇ ਕਲਪਨਾ ਦੇ ਵਾੜੇ ਹੋਏ ਨੇ ਤੁਹਾਡੇ ਘਰਾਂ 'ਚ, ਡੰਡਕ ਮੰਡਕ ਉਹਨਾਂ ਦਾ ਵਧੀਆ ਚੱਲ ਰਿਹਾ ਹੈ। ਪਰ ਇਹ ਪ੍ਰੇਤ ਜੋਨ ਜੇ ਨਾ ਹੁੰਦੀ ਤਾਂ ਪਾਤਸ਼ਾਹ ਦਾ ਜ਼ਿਕਰ ਨਾ ਕਰਦੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ 'ਚ ਹੁੰਦੇ ਨੇ, ਤੇ ਕੁਝ ਲੋਕ ਖੱਬੇ ਪਾਸੇ ਨੂੰ ਮੁੜ ਗਏ, ਪ੍ਰੇਤ ਯੋਨੀ ਵਿੱਚ ਚਲੇ ਗਏ, ਤੇ ਕੁਝ ਚੁਰਾਹੇ ਤੋਂ ਸੱਜੇ ਪਾਸੇ ਮੁੜ ਗਏ, ਪ੍ਰੇਤ ਤਾਂ ਨਹੀਂ ਬਣੇ, ਪਿੱਛੇ ਵੀ ਨਹੀਂ ਮੁੜੇ, ਤੇ ਰਾਹ ਜਿਹੜਾ ਜਾਂਦਾ ਸੀ ਸੱਜੇ ਪਾਸੇ ਨੂੰ ਉਹ ਸਵਰਗ ਵਿੱਚ ਚਲੇ ਗਏ, ਦੇਵਤੇ ਬਣ ਗਏ, ਪਰਮਾਤਮਾ ਦੀ ਪ੍ਰਾਪਤੀ ਉਹ ਵੀ ਨਹੀਂ ਕਰ ਸਕੇ। ਦੇਵਤਾ ਵੀ ਜੰਮਣ ਮਰਨ ਵਿੱਚ ਹੈ, ਪ੍ਰੇਤ ਵੀ ਜੰਮਣ ਮਰਨ ਵਿੱਚ ਹੈ, ਵਾਪਸ ਮੁੜੇ ਉਹ ਵੀ ਜੰਮਣ ਮਰਨ 'ਚ ਨੇ। ਇੱਕੋ ਹੀ ਰਸਤਾ ਸੀ ਜਿਹੜਾ ਸਿੱਧਾ ਜਾਂਦਾ ਸੀ, ਸਿੱਧੇ ਸਿੱਧੇ ਰੇਗ ਚਲੋ ਤੁਮ ਨਤਰਕ ਧੱਕਾ ਦਵੀਆ ਰੇ, ਸਿੱਧਾ ਰਸਤਾ ਸੀ ਪ੍ਰਭੂ ਦੀ ਪ੍ਰਾਪਤੀ ਦਾ, ਭਗਤੀ ਦਾ, ਗਿਆਨ ਦਾ ਮਾਰਗ ਸੀ, ਪ੍ਰੇਮਾ ਭਗਤੀ ਦਾ ਮਾਰਗ ਸੀ। ਪ੍ਰੇਮਾ ਭਗਤੀ ਦਾ ਮਾਰਗ ਪਰਮਾਤਮਾ ਦੇ ਮੰਜ਼ਲ ਰੂਪ ਪਰਮਾਤਮਾ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਸੱਚਖੰਡ ਜਾ ਕੇ ਜਿੱਥੇ ਮੁੜ ਕੇ ਨਹੀਂ ਆਈਦਾ, ਸੱਚਖੰਡ ਵਸਿਆ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ, ਤੇ ਸਿੱਧੇ ਜਾਣ ਵਾਲੇ ਉੱਥੇ ਪਹੁੰਚ ਜਾਂਦੇ ਨੇ। ਇਹ ਸਭ ਕੁਛ ਕਰਮ ਦਾ ਚੱਕਰ ਹੈ। ਇਸ ਕਰਕੇ ਜੈਸੇ ਕੋਈ ਕਰਮ ਕਰਦਾ ਹੈ, ਜੇ ਵੇਹੇ ਕਰਮ ਕਮਾਮ ਦੇ ਤੇ ਵੇਹੋ ਫਲ ਤੇ, ਫਲਦਾ ਕਰਮ ਉਹੀ। ਧ੍ਰਿਤਰਾਸ਼ਟਰ ਕੈਰਮਨ ਦਾ ਪਿਤਾ, ਦੁਰਯੋਧਨ ਦਾ ਪਿਤਾ, ਹਿਸਟਰੀ ਦੇ ਵਿੱਚ ਨਾਂ ਹੈ, ਬੜਾ ਸ਼ਕਤੀਸ਼ਾਲੀ ਵਾਲਾ ਸੀ, ਪਰ ਅੱਖਾਂ ਤੋਂ ਜਮਾਂਦਰੂ ਅੰਨਾ ਸੀ। ਜਦੋਂ ਧ੍ਰਿਤਰਾਸ਼ਟਰ ਦੇ 100 ਪੁੱਤ ਮਰ ਗਏ, ਦੁਰਯੋਧਨ ਨੂੰ 100 ਭਰਾ ਸੀ, ਦੁਰਯੋਧਨ ਤੋਂ ਬਿਨਾਂ 99 ਹੋਰ ਸੀ, 100ਵਾਂ ਦੁਰਯੋਧਨ ਸੀ, ਮਾਰੇ ਗਏ ਸਾਰੇ ਮੈਦਾਨੇ ਜੰਗ ਵਿੱਚ। ਪੁੱਤਰਾਂ ਦੇ ਮਰਨ ਤੋਂ, ਪੁੱਤਰਾਂ ਦੇ ਵਿਯੋਗ ਵਿੱਚ ਬਹੁਤ ਬੇਵਲ ਹੋਇਆ ਧ੍ਰਿਤਰਾਸ਼ਟਰ, ਕਲਪਨਾ ਕਰਦਾ ਹੈ ਆਪਣਾ ਆਪਾ ਖੋ ਰਿਹਾ ਹੈ, ਕੰਧਾਂ 'ਚ ਟੱਕਰਾਂ ਮਾਰਦਾ ਹੈ, ਤੇ ਭਗਵਾਨ ਕ੍ਰਿਸ਼ਨ ਪਹੁੰਚੇ, ਗਿਆਨ ਤੇ ਅਗਿਆਨ ਦੀ ਆਪਸ ਵਿੱਚ ਵਿਚਾਰ ਵਟਾਂਦਰਾ ਹੋਣ ਲੱਗੀ। ਗਿਆਨ ਰੂਪ ਭਗਵਾਨ ਕ੍ਰਿਸ਼ਨ ਜੀ ਨਾ ਕਹਿਣ ਲੱਗੇ, ਰਾਜਨ ਹੁਣ ਕਲਪਨਾ ਕਰਨ ਦੇ ਨਾਲ ਕੁਛ ਨਹੀਂ ਹੋਣ ਵਾਲਾ, ਵੇਲਾ ਬੀਤ ਗਿਆ ਉੱਥੋਂ। ਕਹਿਣ ਲੱਗੇ ਭਗਵਾਨ ਕ੍ਰਿਸ਼ਨ ਵੀ ਇੱਕ ਬਾਤ ਦੱਸ, 100 ਪੁੱਤਰ ਸੀ, 100 ਦੇ 100 ਹੀ ਮਰ ਗਏ, ਮੇਰਾ ਗਿਲਾ ਹੈ ਉਸ ਪਰਮਾਤਮਾ ਤੇ, ਤੂੰ ਈਸ਼ਵਰ ਅਵਤਾਰ ਹੈ, ਮੈਨੂੰ ਉੱਤਰ ਚਾਹੀਦਾ, ਕਿਤੇ ਇੱਕ ਅੱਧਾ ਹੀ ਬਚ ਰਹਿੰਦਾ, ਮੈਨੂੰ ਇਹ ਤਾਂ ਹੁੰਦਾ ਵੀ ਸੰਸਾਰਕ ਮੇਰੀ ਸੰਤਾਨ ਹੈ। ਕਿਤਨੀ ਬੇਇਨਸਾਫੀ ਹੈ ਕਿ 100 ਦੇ 100 ਹੀ ਮਰ ਗਏ। ਸੰਸਾਰ ਦੇ ਵਿੱਚ ਕੁਝ ਲੋਕ ਐਸੇ ਨੇ ਜਿਹਨਾਂ ਦਾ ਇੱਕ ਪੁੱਤਰ ਹੁੰਦਾ, ਪਰ ਮੇਰੇ ਤਾਂ 100 ਸੀ, ਬੇੜਾ ਖਾਲੀ ਹੋ ਗਿਆ।
ਕਿਉਂ ਕੀਤਾ ਪਰਮਾਤਮਾ ਨੇ ਐਸਾ ਮੇਰੇ ਨਾਲ? ਮੇਰੇ 100 ਦੇ 100 ਹੀ ਪੁੱਤਰ ਕਿਉਂ ਖੋਲੇ ਰੱਬ ਨੇ? ਕਿਆ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਹੀ ਮਰ ਗਏ ਮੇਰੇ ਪੁੱਤਰ? ਭਗਵਾਨ ਜੀ ਕਹਿੰਦੇ ਨਹੀਂ, ਉਹਦੇ ਹੁਕਮ 'ਚ ਮਰੇ ਹੈ। ਕਹਿੰਦੇ ਫਿਰ ਕਿਉਂ ਦਿੰਦਾ ਰੱਬ ਇਹੋ ਜਿਹੇ ਹੁਕਮ? ਕਿਸੇ ਦੀ ਸਾਰੀ ਸੰਤਾਨ ਕਿਉਂ ਖੋਂਦਾ? ਭਗਵਾਨ ਜੀ ਕਹਿਣ ਲੱਗੇ ਇਹ ਤੇਰੀ ਸੰਤਾਨ ਤੇਰੇ ਕਰਮ ਨੇ ਖੋਈ ਹੈ। ਈਸ਼ਵਰ ਤਾਂ ਜਥਾ ਕਰਮ ਤਥਾ ਫਲ ਦੇਣ ਵਾਲਾ ਹੈ। ਕਹਿਣ ਲੱਗੇ ਜੀ ਮੈਨੂੰ ਉੱਤਰ ਚਾਹੀਦਾ ਇਹਦਾ। ਕਹਿੰਦੇ ਫਿਰ ਸੁਣ, ਕੰਨ ਖੋਲ ਕੇ ਸੁਣ ਇਹਦਾ ਉੱਤਰ। ਕਹਿੰਦੇ ਦ੍ਰਿਸ਼ਟੀ ਅੰਤਰ ਆਤਮੇ ਕਿਆ ਹੋ ਗਿਆ? ਤੇਰੇ ਜਿਹੜੇ ਨੇਤਰ ਬੰਦ ਨੇ, ਅੰਦਰਲੇ ਨੇਤਰ ਖੋਲ ਰਾਜਨ, ਦੇਖ ਤੇਰਾ ਆਪਣਾ ਕਰਮ। ਅੰਦਰਲੀ ਦ੍ਰਿਸ਼ਟੀ ਖੋਲ ਕੇ ਵੇਖਣ ਲੱਗਾ, ਕਹਿੰਦਾ ਭਗਵਾਨ ਇਹ ਜਨਮ ਵਿੱਚ ਕੋਈ ਐਸਾ ਕਰਮ ਨਹੀਂ ਕੀਤਾ ਜਿਹੜੇ ਕਰਕੇ ਮੇਰੀ ਸੰਤਾਨ ਮੇਰੇ ਕੋਲੋਂ ਚਲੀ ਜਾਂਦੀ, ਪਾਪ ਹੀ ਨਹੀਂ ਕੀਤਾ ਕੋਈ। ਕਹਿੰਦੇ ਪਿਛਲੇ, ਕਹਿੰਦਾ ਭਗਵਾਨ ਪਿਛਲੇ 100 ਜਨਮ ਤੱਕ ਮੈਨੂੰ ਸਿਮਰਤੀ ਹੈ, 100 ਜਨਮ 'ਚ ਕੋਈ ਮਾੜਾ ਕਰਮ ਨਹੀਂ ਕੀਤਾ, ਕਿਉਂ ਮੇਰੀ ਸੰਤਾਨ ਮੇਰੀ? ਕਹਿੰਦੇ ਉਸ ਤੋਂ ਅੱਗੇ ਚੱਲ, ਪਹੁੰਚਦਾ ਪਹੁੰਚਦਾ 106 ਜਨਮਾਂ ਤੱਕ ਪਹੁੰਚਿਆ ਧ੍ਰਿਤਰਾਸ਼ਟਰ। ਭਗਵਾਨ ਕਹਿੰਦੇ ਹੁਣ ਇੱਕ ਜਨਮ ਹੋਰ ਪਿੱਛੇ ਜਾ। ਕਹਿੰਦੇ ਜੀ ਹੁਣ ਮੇਰੀ ਦ੍ਰਿਸ਼ਟੀ ਨਹੀਂ ਕੰਮ ਕਰਦੀ, ਮੇਰੀ ਸਮਰੱਥਾ ਦੀ ਸੀਮਾ ਆ ਗਈ, ਮੇਰੀ ਸਮਰੱਥਾ ਦੀ ਹੱਦ ਆ ਗਈ, ਇਸ ਤੋਂ ਅੱਗੇ ਮੈਂ ਜਾ ਨਹੀਂ ਸਕਦਾ, ਮੇਰੀ ਮਜਬੂਰੀ ਹੈ, ਮੇਰੀ ਦ੍ਰਿਸ਼ਟੀ ਮੇਰੀ ਤਪੱਸਿਆ ਦੇ ਅਨੁਸਾਰ ਇੱਥੇ ਰੁਕ ਗਈ। ਭਗਵਾਨ ਜੀ ਕਹਿੰਦੇ ਫਿਰ ਮੈਂ ਆਪਣੀ ਸਮਰੱਥਾ ਤੈਨੂੰ ਦੇਣਾ, ਜਿਹੜਾ ਤੈਨੂੰ ਦਿਸੇ। ਦੇਖ ਤੇਰਾ 107ਵਾਂ ਜਨਮ ਸੀ ਰਾਜਨ। ਕਹਿੰਦੇ ਉਸ ਵੇਲੇ ਤੂੰ ਇੱਕ ਬਾਦਸ਼ਾਹ ਸੀ, ਤੇਰੇ ਪੁੰਨ ਕਰਮ ਤੈਨੂੰ ਬਾਰ ਬਾਰ ਬਾਦਸ਼ਾਹ ਦਾ ਜਨਮ ਦਿੰਦੇ ਰਹੇ। ਕਹਿੰਦੇ ਉਸ ਵੇਲੇ ਤੈਨੂੰ ਇੱਕ ਬੜੀ ਭੈੜੀ ਆਦਤ ਪੈ ਗਈ, ਮਾਸ ਖਾਣ ਦੀ ਆਦਤ ਪੈ ਗਈ ਸੀ। ਮੀਰ ਸ਼ਿਕਾਰ ਇੱਕ ਮਹਿਕਮੇ ਦਾ, ਸ਼ਿਕਾਰ ਦੇ ਮਹਿਕਮੇ ਦਾ ਅਫਸਰ ਹੁੰਦਾ ਸੀ, ਉਹਨੂੰ ਮੀਰ ਸ਼ਿਕਾਰ ਕਹਿੰਦੇ ਸੀ। ਵਰਖਾ ਰੁੱਤ ਸੀ, ਤੈਂ ਆਪਣੇ ਮੀਰ ਸ਼ਿਕਾਰ ਨੂੰ ਕਿਹਾ ਮੇਰੇ ਵਾਸਤੇ ਸ਼ਿਕਾਰ ਖੇਡ ਕੇ ਲਿਆ। ਬਾਰਿਸ਼ ਬਹੁਤ ਤਿੱਖੀ ਪੈ ਰਹੀ ਸੀ, ਮੀਰ ਸ਼ਿਕਾਰ ਨੇ ਸੋਚਿਆ ਮੈਂ ਕਿੱਥੇ ਜਾਵਾਂ, ਜੇ ਸੋਚਦੇ ਹੀ ਸੀ ਉਹਦੇ ਨਿਗਾਹ ਪੰਛੀ ਪਏ, ਤੇਰੇ ਮਹਿਲਾਂ ਦੇ ਨੇੜੇ ਹੰਸ ਤੇ ਹੰਸਨੀ 100 ਬੱਚਾ ਛੱਡ ਕੇ ਉਹ ਆਪਣਾ ਚੋਗਾ ਚੁਗਣ ਵਾਸਤੇ ਗਏ ਹੋਏ ਸੀ ਮਾਨ ਸਰੋਵਰ। ਤੈਂ ਉਹਨਾਂ ਪੰਛੀਆਂ ਦਾ ਇੱਕ ਬੱਚਾ ਚੁੱਕਿਆ ਤੇਰੇ ਮੀਰ ਸ਼ਿਕਾਰ ਨੇ, ਤੇ ਉਹਨੂੰ ਸਾਫ਼ ਕਰਕੇ, ਉਹਦੇ ਖੰਭਾਂ ਨੂੰ ਸਾਫ਼ ਕਰਕੇ ਤੜਕਾ ਫੜਕਾ ਲਾ ਕੇ ਤੈਨੂੰ ਖਵਾਇਆ, ਉਹ ਮਾਸ ਤੈਨੂੰ ਇੰਨਾ ਸਵਾਦ ਲੱਗਿਆ। ਮੀਰ ਸ਼ਿਕਾਰ ਨੂੰ ਹੁਕਮ ਕਰਦਾ ਹਰ ਰੋਜ਼ ਇਸੇ ਪੰਛੀ ਦਾ ਮਾਸ ਚਾਹੀਦਾ। ਕਹਿੰਦੇ ਰਾਜਨ ਹੰਸ ਦੇ ਹੰਸਣੀ ਦੇ 100 ਬੱਚੇ ਸਨ, 100 ਦਿਨਾਂ ਵਿੱਚ ਤੈਂ ਸਾਰੇ ਖਾ ਲਏ, ਤੇ ਜਿਸ ਵੇਲੇ ਹੰਸ ਤੇ ਹੰਸਣੀ ਵਾਪਸ ਆਏ, ਬੱਚਿਆਂ ਦੀ ਮਮਤਾ ਕੇਵਲ ਮਨੁੱਖ ਨੂੰ ਨਹੀਂ ਪਸ਼ੂਆਂ ਨੂੰ ਵੀ ਹੈ, ਪੰਛੀਆਂ ਨੂੰ ਵੀ ਹੈ, ਉਹ ਕਲਪਦੇ ਫਿਰਦੇ ਨੇ। ਖੋਜ ਕੀਤੀ ਇੱਧਰ ਉੱਧਰ, ਲੱਭਿਆ ਬੱਚਿਆਂ ਨੂੰ, ਬੱਚੇ ਤਾਂ ਨਾ ਲੱਭੇ ਪਰ ਕੁਝ ਅਸਤ ਲੱਭ ਗਏ।
ਹੰਸਨੀ ਨੇ ਪਹਿਚਾਣ ਲਏ। ਆਪਣੇ ਪਤੀ ਹੰਸ ਨੂੰ ਕਹਿਣ ਲੱਗੀ, ਕਿਸੇ ਜ਼ਾਲਮ ਮਨੁੱਖ ਨੇ ਆਪਣੇ ਬੱਚੇ ਖਾ ਲਏ, ਕਿਉਂਕਿ ਬੱਚੇ ਦਾ ਜਿਸਮ ਮਾਂ ਦੇ ਜਿਸਮ ਵਿੱਚ ਪਲਦਾ ਹੈ। ਮਾਂ ਦੀ ਬੁੱਧ ਜਿਹੜੀ ਹੈ ਪਿਤਾ ਨਾਲੋਂ ਜ਼ਿਆਦਾ ਕੰਮ ਕਰਦੀ ਹੈ ਸੰਤਾਨ ਦੇ ਮਾਮਲੇ ਵਿੱਚ। ਪੇਟ ਵਿੱਚ ਰੱਖੇ ਆਂਦਰਾਂ ਦੀ ਸਾਂਝ ਹੈ। ਕਹਿਣ ਲੱਗੀ, ਇਹ ਅਸਤ ਮੇਰੇ ਬੱਚਿਆਂ ਦੇ ਹਨ। ਹੰਸ ਰੋਇਆ, ਹੰਸਨੀ ਰੋਈ। ਉਹਨੇ ਕਿਹਾ, ਹੇ ਵਿਧਾਤਾ, ਇਹ ਸਾਡੇ ਬੱਚੇ ਖਾਣ ਵਾਲੇ ਆ, ਵਿਧਾਤਾ ਦੇ ਘਰ ਇਨਸਾਫ ਹੈ। ਅੱਜ ਅਸੀਂ ਆਪਣੇ 100 ਬੱਚਿਆਂ ਦੇ ਵਿਯੋਗ ਵਿੱਚ ਕਲਪ ਰਹੇ ਹਾਂ। ਇਹ ਤੂੰ ਐਸਾ ਕਰਮ ਕਰ ਲਿਆ, ਜਿਸ ਦਿਨ ਤੇਰੇ 100 ਪੁੱਤ ਮਰੇ ਉਸ ਦਿਨ ਤੈਨੂੰ ਪਤਾ ਚੱਲੇਗਾ ਮਮਤਾ ਕੀ ਹੁੰਦੀ ਹੈ ਸੰਤਾਨ ਦੀ। ਰਾਜਨ, ਇਹ ਤੇਰਾ ਆਪਣਾ ਕੀਤਾ ਕਰਮ ਸੀ, 107 ਜਨਮਾਂ ਦਾ ਇਹ ਫਲ ਦੇਣ ਵਾਸਤੇ ਤੈਨੂੰ ਇਸ ਜਨਮ ਵਿੱਚ ਪ੍ਰਾਪਤ ਹੋਇਆ। ਕਹਿਣ ਲੱਗਿਆ, ਮਹਾਰਾਜ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਇੱਥੇ, ਇਹ ਫਿਰ ਪਾਪ ਕਰਮ ਪਹਿਲਿਆਂ ਜਨਮਾਂ 'ਚ ਕਿਉਂ ਨਾ ਮਿਲ ਗਿਆ, ਇਹ ਹੁਣ ਕਿਉਂ ਮਿਲਿਆ 107 ਜਨਮਾਂ ਬਾਅਦ? ਕਹਿੰਦੇ, ਧ੍ਰਿਤਰਾਸ਼ਟਰ, ਤੇਰੇ ਪੁੰਨ ਕਰਮ ਇਤਨੇ ਪ੍ਰਬਲ ਸਨ, ਉਹਨਾਂ ਨੇ ਪਾਪ ਕਰਮ ਦੀ ਵਾਰੀ ਨਹੀਂ ਆਉਣ ਦਿੱਤੀ, ਵਾਰ ਵਾਰ ਤੈਨੂੰ ਪੁੰਨ ਕਰਮ ਫਲ ਦੇਣ ਵਾਸਤੇ ਆਉਂਦੇ ਰਹੇ। ਇਹ ਤੇਰਾ ਜਨਮ ਅਖੀਰਲਾ ਜਨਮ ਹੈ, ਇਸ ਤੋਂ ਬਾਅਦ ਤੈਨੂੰ ਜਨਮ ਨਹੀਂ ਮਿਲੇਗਾ। ਇਹਦੇ ਵਿੱਚ ਤੈਨੂੰ ਇਹਦਾ ਫਲ ਭੁਗਤਾਨ ਹੋਣਾ ਸੀ, ਤੇਰਾ ਆਪਣਾ ਕੀਤਾ ਕਰਮ ਸੀ, ਇਸ ਕਰਕੇ ਮਨ ਚੋਂ ਕਲਪਨਾ ਖਤਮ ਕਰ ਦੇ। ਗਿਆਨ ਦੇ ਨਾਲ ਭਗਵਾਨ ਕ੍ਰਿਸ਼ਨ ਨੇ ਉਹਦੇ ਪੁੱਤਰਾਂ ਦੀ ਮੋਹ ਦੀ ਬਾਤ ਸੀ ਜਿਹੜੀ ਨਿਵਰਤ ਕਰ ਦਿੱਤੀ। ਕਹਿਣ ਲੱਗੇ, ਭਗਵਾਨ ਇੱਕ ਸ਼ੰਕਾ ਬਾਕੀ ਰਹਿੰਦਾ, ਕਹਿੰਦੇ ਉਹ ਵੀ ਦੱਸੋ। ਕਹਿੰਦੇ, ਪਰਮਾਤਮਾ ਨੇ ਲੋਕਾਂ ਨੂੰ ਦੋ ਦੋ ਅੱਖਾਂ ਦਿੱਤੀਆਂ, ਪਸ਼ੂਆਂ ਨੂੰ ਵੀ ਦਿੱਤੀ, ਪੰਛੀਆਂ ਨੂੰ ਵੀ ਦਿੱਤੀਆਂ, ਕੀੜੇ ਮਕੌੜਿਆਂ ਨਾਲ ਵੀ ਮਾੜਾ ਹੋ ਗਿਆ। ਮੈਂ ਤਾਂ ਮੈਨੂੰ ਦੋ ਦੇ ਥਾਂ 'ਤੇ ਇੱਕ ਹੀ ਦੇ ਦਿੰਦਾ ਪਰਮਾਤਮਾ ਅੱਖ, ਇਹ ਮੈਨੂੰ ਦੋਨੇ ਨਹੀਂ ਦਿੱਤੀਆਂ, ਮੈਂ ਅੱਖਾਂ ਤੋਂ ਅੰਨਾ ਜੰਮਿਆ, ਕੀ ਇਹ ਇਨਸਾਫ ਕੀਤਾ ਈਸ਼ਵਰ ਨੇ ਮੇਰੇ ਨਾਲ? ਭਗਵਾਨ ਜੀ ਕਹਿੰਦੇ, ਹਾਂ ਇਨਸਾਫ ਕੀਤਾ ਹੈ। ਅੰਨਾ ਹੋਣਾ ਵੀ ਕਰਮ ਅਤੇ ਸੰਜਾਖਾ ਹੋਣਾ ਵੀ ਕਰਮ, ਅੰਗ ਪੈਰ ਸਾਬਤ ਹੋਣੇ ਵੀ ਕਰਮ ਅਤੇ ਕੱਟੇ ਜਾਣੇ ਵੀ ਕਰਮ, ਸਭ ਕੁਛ ਕਰਮ ਹੈ। ਕਰਮ 'ਤੇ ਦ੍ਰਿਸ਼ਟੀ ਲਿਆ, ਇਹ ਵੀ ਤੇਰਾ ਇੱਕ ਕਰਮ ਸੀ ਜਿਸਨੇ ਤੈਨੂੰ ਅੰਨਾ ਪੈਦਾ ਕੀਤਾ। ਕਹਿੰਦਾ ਜੀ ਮੈਂ ਜਾਣਨਾ ਚਾਹੁੰਦਾ। ਭਗਵਾਨ ਜੀ ਕਹਿੰਦੇ, ਉਸੇ ਜਨਮ ਵਿੱਚ 107ਵੇਂ ਜਨਮ ਵਿੱਚ ਜਦੋਂ ਬਾਲਪਨ ਵਿੱਚ ਸੀ, ਤੈਂ ਇੱਕ ਅੱਕ ਤੋਂ ਟਿੱਡਾ ਲਾਇਆ, ਇੱਕ ਸੂਲ ਲੈ ਕੇ ਉਹਦੀਆਂ ਅੱਖਾਂ ਭੰਨੀਆਂ ਅਤੇ ਬੜਾ ਖੁਸ਼ ਹੋਇਆ। ਟਿੱਡੇ ਨੂੰ ਅੱਖਾਂ ਤੋਂ ਅੰਨਾ ਕੀਤਾ ਪਹਿਲਾਂ ਸੂਲਾਂ ਮਾਰ ਕੇ, ਫਿਰ ਉਹਦੇ ਖੰਭਾਂ ਦੇ ਵਿੱਚ ਸੂਲ ਗੱਡੀ, ਉਹਦੀ ਭੰਭੀਰੀ ਬਣਾ ਕੇ ਫਿਰ ਤੂੰ ਬੜਾ ਖੁਸ਼ ਹੋਇਆ। ਈਸ਼ਵਰ ਨੇ ਨਿਆਂ ਕੀਤਾ, 107 ਜਨਮਾਂ ਬਾਅਦ ਤੈਨੂੰ ਅੰਨਾ ਬਣਾ ਕੇ ਉਸ ਟਿੱਡੇ ਦੇ ਕਾਰਨ ਤੇਰਾ ਪਾਪ ਕਰਨ ਤੈਨੂੰ ਫਲ ਦੇਣ ਵਾਸਤੇ ਰਾਜਨ ਆਇਆ ਹੈ, ਅਤੇ ਤੂੰ ਵੀ ਹੁਣ ਸਾਰੀ ਜ਼ਿੰਦਗੀ ਅੰਨਾ ਹੋ ਕੇ ਹੀ ਭਰਮਣ ਕਰਦਾ ਰਿਹਾ ਬਚਪਨ ਤੋਂ ਲੈ ਕੇ ਹੁਣ ਤੱਕ। ਕਹਿੰਦੇ, ਧ੍ਰਿਤਰਾਸ਼ਟਰ ਨੂੰ ਉਸੇ ਵੇਲੇ ਗਿਆਨ ਹੋ ਗਿਆ। ਗਿਆਨ ਤੋਂ ਬਾਅਦ ਮੁਕਤੀ ਹੈ। ਗਿਆਨ ਦੇਣ ਵਾਲੇ ਗਿਆਨਵਾਨ 16 ਕਲਾ ਸੰਪੂਰਨ ਫਲਿਆ ਭਗਵਾਨ ਕ੍ਰਿਸ਼ਨ ਜੀ ਸਨ। ਗਿਆਨ ਹੁੰਦਾ ਵੀ ਕਿਉਂ ਨਾ, ਗਿਆਨ ਨਾ ਗੱਲ ਹੀ ਢੂੰਡੀ ਹੈ। ਜਦੋਂ ਪ੍ਰਤੱਖ ਗਿਆਨ ਹੋਇਆ, ਕਹਿਣ ਲੱਗਾ ਭਗਵਾਨ, ਇੱਕ ਪਲ ਤੋਂ ਪਹਿਲਾਂ ਮੈਂ ਬੜਾ ਦੁਖੀ ਸੀ, ਮੈਨੂੰ ਪੁੱਤਰਾਂ ਦੇ ਵਿਛੜਨ ਦਾ
ਜੋ ਸੰਸਾ ਸੀ ਇਹ ਮੈਨੂੰ ਪਤਾ ਚੱਲ ਗਿਆ ਕਿ ਜਿਹੜੇ ਇਹ 100 ਜਿਹੜੇ ਉਹਨਾਂ ਹੰਸਾਂ ਦੀ ਔਲਾਦ ਮੈਂ ਖਾਧੀ ਅਤੇ ਉਹਦੇ ਕਾਰਨ ਮੇਰੇ ਪੁੱਤਰ ਮਰੇ, ਟੇਡੇ ਦੀਆਂ ਅੱਖਾਂ ਭੰਨੀਆਂ, ਉਹਦੇ ਕਾਰਨ ਮੈਂ ਅੰਨਾ ਜੰਮਿਆ, ਅਤੇ ਅੱਜ ਤੋਂ ਬਾਅਦ ਜਿਹੜੀ ਰਹਿੰਦੀ ਜ਼ਿੰਦਗੀ ਹੈ ਅਤੇ ਮੇਰੀ ਹੁਣ ਕਲਪਨਾ ਵਾਲੀ ਨਹੀਂ ਹੋਏਗੀ। ਮੈਨੂੰ ਇਹ ਪਤਾ ਚੱਲ ਗਿਆ, ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ।